ਉਮਈਆ ਕਹਿਣ ਲਗਾ ਬਿਲਾਲ ਓਏ ਸੁਣ ਲੈ, ਜੇ ਤੂੰ ਮੁਹੰਮਦ ਦਾ ਕਲਮਾ ਪੜਿਆ ਫਿਰ ਤੈਨੂੰ ਮਾਰਾਂ ਖਾਣੀਆਂ ਪੈਣਗੀਆਂ। ਬਿਲਾਲ ਆਂਦਾ ਖਾ ਲਵਾਂਗਾ, ਉਮਈਆ ਕਹਿੰਦਾ ਦਾਣੇ ਪੀਣੇ ਪੈਣਗੇ। ਬਿਲਾਲ ਆਂਦਾ ਪੀ ਲਵਾਂਗਾ, ਉਮਈਆ ਕਹਿੰਦਾ ਤੱਤੀਆਂ ਰੇਤਾਂ ਤੇ ਲੇਟਣਾ ਪਵੇਗਾ। ਬਿਲਾਲ ਆਂਦਾ ਲੇਟ ਜਾਵਾਂਗਾ, ਉਮਈਆ ਕਹਿੰਦਾ ਸੁਣ ਲੈ ਬੱਚਿਆਂ ਕੋਲੋਂ ਜ਼ਲੀਲ ਕਰਾਵਾਂਗਾ। ਉਹਨੇ ਕਿਹਾ ਹੋ ਜਾਵਾਂਗਾ। ਉਮਈਆ ਕਹਿਣ ਲੱਗਾ ਬਿਲਾਲ ਤੇਰੇ ਜਿਸਮ ਤੇ ਗਰਮ ਲੋਹਾ ਰੱਖਾਂਗਾ। ਬਿਲਾਲ ਕਹਿੰਦਾ ਰਖਾ ਲਵਾਂਗਾ, ਉਹਨੇ ਕਿਹਾ ਫਾਕੇ ਕੱਟਣੇ ਪੈਣਗੇ। ਬਿਲਾਲ ਆਖਿਆ ਕੱਟ ਲਵਾਂਗਾ, ਪਿਆਸਾ ਰਹਿਣਾ ਪਵੇਗਾ। ਆਖਿਆ ਰਹਿ ਲਵਾਂਗਾ, ਆਖਿਆ ਜੇਲ੍ਹ 'ਚ ਰਹਿਣਾ ਪਵੇਗਾ। ਆਖਿਆ ਰਹਿ ਲਵਾਂਗਾ, ਮਾਂ ਛੱਡਣੀ ਪਵੇਗੀ। ਆਖਿਆ ਛੱਡ ਦੇਵਾਂਗਾ, ਪਿਓ ਛੱਡਣਾ ਪਵੇਗਾ। ਆਖਿਆ ਛੱਡ ਦੇਵਾਂਗਾ, ਕਬੀਲਾ ਛੱਡਣਾ ਪਵੇਗਾ। ਆਖਿਆ ਛੱਡ ਲਵਾਂਗਾ। ਉੱਤੋਂ ਆਵਾਜ਼ ਆਈ ਬਿਲਾਲ ਜੇ ਤੂੰ ਮੇਰੇ ਯਾਰ ਦੀ ਖਾਤਰ ਇੰਨਾ ਕੁਝ ਕਰੇਗਾ ਫਿਰ ਮੈਂ ਰੱਬ ਹੋ ਕੇ ਤੈਨੂੰ ਕਾਬੇ ਦੀ ਛੱਤ ਦੇਣਾ ਚੜਾਵਾ ਤੇ ਮੈਨੂੰ ਵੀ ਰੱਬ ਕੌਣ ਆਖੇ। ਕੁਰਾਨ ਕਰੀਮ ਫੁਰਕਾਨ ਹਮੀਦ ਦੀ ਬੜੀ ਮਸ਼ਹੂਰ ਆਇਆ ਕਰੀਮਾ ਆਪ ਹਜ਼ਰਾਤ ਦੇ ਸਾਹਮਣੇ ਪੜ੍ਹਨੇ ਦਾ ਸ਼ਰਫ ਹਾਸਿਲ ਕੀਤਾ ਹੈ। ਅੱਲਾ ਕਰੀਮ ਨੇ ਆਪਣੀ ਲਾਰੈਬ ਕਿਤਾਬ ਦੇ ਅੰਦਰ ਇਰਸ਼ਾਦ ਫਰਮਾਇਆ, ਕੁਲ ਇਨ ਕੁਨ ਤੁਮ ਤੁਹਿਬੂਨ ਅੱਲਾਹ ਫਤਬਿਊਨੀ ਯੁਹਬਿਬਕੁਮ ਅੱਲਾਹ। ਅੱਲਾ ਫਰਮਾਉਂਦਾ ਮਹਿਬੂਬ ਤੁਸੀਂ ਐਲਾਨ ਫਰਮਾ ਦਿਓ ਤੇ ਇਹਨਾਂ ਲੋਕਾਂ ਨੂੰ ਆਪਣੀ ਉਮਤੀਆਂ ਨੂੰ ਦੱਸ ਦਵੋ, ਅਗਰ ਕੋਈ ਚਾਹੁੰਦਾ ਏ ਕਿ ਰੱਬ ਨਾਲ ਯਾਰੀ ਲੱਗ ਜਾਵੇ, ਅਸੀਂ ਅੱਲਾ ਦੇ ਕਰੀਬ ਹੋ ਜਾਈਏ, ਸਾਡੀ ਅੱਲਾ ਨਾਲ ਯਾਰੀ ਲੱਗ ਜਾਵੇ ਤੇ ਫਰਮਾਇਆ ਮਹਿਬੂਬ ਫਿਰ ਇਹਨਾਂ ਲੋਕਾਂ ਨੂੰ ਕਹਿ ਦਿਓ ਕਿ ਖਾਲੀ ਅੱਲਾ ਅੱਲਾ ਕਰਨ ਨਾਲ ਅੱਲਾ ਨਹੀਂ ਮਿਲੇਗਾ, ਜਿੰਨੀ ਦੇਰ ਤੱਕ ਤੁਸੀਂ ਮਹਿਬੂਬ ਦੀ ਇਤਬਾਹ ਨਾ ਕਰੋਗੇ। ਸੁਣਿਆ, ਜਿੰਨੀ ਦੇਰ ਤੱਕ ਇਹ ਤੇਰੀ ਇਤਬਾਹ ਨਾ ਕਰਨਗੇ, ਤੈਨੂੰ ਨਾ ਮੰਨਣਗੇ, ਉਤਨੀ ਦੇਰ ਤੱਕ ਰੱਬ ਦਾ ਕੁਰਬ ਹਾਸਲ ਨਹੀਂ ਕਰ ਸਕਦੇ। ਫਤਬਿਊਨੀ, ਇਤਬਾਹ ਕਰਨੀ ਪਵੇਗੀ ਤੇਰੀ। ਅੱਲਾ ਫਰਮਾਉਂਦਾ ਫਿਰ ਸੁਣਿਆ, ਜਦੋਂ ਤੇਰੀ ਇਤਬਾਹ ਕਰ ਲੈਣਗੇ, ਤੇਰੀ ਪੈਰਵੀ ਕਰ ਲੈਣਗੇ, ਤੇਰੀਆਂ ਸੁਨਤਾਂ 'ਤੇ ਅਮਲ ਕਰ ਲੈਣਗੇ, ਤੇਰੇ ਨਾਲ ਮੁਹੱਬਤ ਦੀਆਂ ਹੱਦਾਂ ਪਾਰ ਕਰ ਦੇਣਗੇ, ਅੱਲਾ ਫਰਮਾਉਂਦਾ ਫਿਰ ਮੈਂ ਇਨਾਮ ਕੀ ਦੇਵਾਂਗਾ, ਯੁਹਬਿਬਕੁਮ ਅੱਲਾ, ਮੈਂ ਉਸ ਬੰਦੇ ਨੂੰ ਆਪਣਾ ਯਾਰ ਬਣਾ ਲਵਾਂਗਾ, ਮੈਂ ਉਸ ਬੰਦੇ ਨੂੰ ਆਪਣਾ ਯਾਰ ਬਣਾ ਲਵਾਂਗਾ। ਮਹਿਬੂਬ ਦੀ ਇਤਬਾ, ਮਹਿਬੂਬ ਦੀ ਪੈਰਵੀ, ਮਹਿਬੂਬ ਨਾਲ ਮੁਹੱਬਤ। ਅੱਜ ਮੈਂ ਜਿਨ੍ਹਾਂ ਮਹਿਬੂਬ ਦੀ ਇਤਬਾ ਕੀਤੀ, ਜਿਨ੍ਹਾਂ ਮਹਿਬੂਬ ਨਾਲ ਮੁਹੱਬਤ ਕੀਤੀ, ਜਿਨ੍ਹਾਂ ਮਹਿਬੂਬ ਨਾਲ ਪਿਆਰ ਕੀਤਾ, ਜਿਨ੍ਹਾਂ ਮਹਿਬੂਬ ਨਾਲ ਮੁਹੱਬਤ ਦੀਆਂ ਹੱਦਾਂ ਪਾਰ ਕਰ ਦਿੱਤੀਆਂ, ਉਹਨਾਂ ਆਸ਼ਕਾਂ ਵਿੱਚੋਂ ਇੱਕ ਆਸ਼ਕ ਦਾ ਜ਼ਿਕਰ ਕਰਨਾ,
ਸੁੱਤੇ ਹੋ। ਉਹਨਾਂ ਆਸ਼ਕਾਂ ਚੋਂ ਇੱਕ ਆਸ਼ਕ ਦਾ ਜ਼ਿਕਰ ਕਰਨਾ ਜਿਹੜਾ ਜ਼ਾਤ ਦਾ ਹਬਸ਼ੀ ਏ, ਬੋਲਿਓ ਜੇ। ਅਤੇ ਦੁਨੀਆ ਕਹਿੰਦੀ ਹੈ ਰੰਗ ਦਾ ਕਾਲਾ, ਪਰ ਸਰਕਾਰ ਕਹਿੰਦੇ ਨੇ ਇਹਦੇ ਵਰਗਾ ਸੋਹਣਾ ਹੀ ਕੋਈ ਨਹੀਂ। ਦੁਨੀਆ ਕਹਿੰਦੀ ਰੰਗ ਦਾ ਕਾਲਾ, ਪਰ ਸੱਚ ਪੁੱਛੋ ਤੇ ਉਹਦੇ ਵਰਗਾ ਸੋਹਣਾ ਹੀ ਕੋਈ ਨਹੀਂ। ਜਿਹੜਾ ਮੁਅੱਜ਼ਨੇ ਰਸੂਲ ਏ, ਜਿਹੜਾ ਖਜ਼ਾਨਚੀ ਏ ਰਸੂਲ ਏ, ਜਿਹੜਾ ਨਬੀ ਦੇ ਘਰ ਦਾ ਪਹਿਰੇਦਾਰ ਏ, ਜਿਹੜਾ ਨਬੀ ਦੇ ਘਰ ਦਾ ਚੌਕੀਦਾਰ ਏ, ਜਿਹੜਾ ਨਬੀ ਦੇ ਘਰ ਦਾ ਗੁਲਾਮ ਏ, ਜਿਹਦੇ ਬਾਰੇ ਸਰਕਾਰ ਫਰਮਾਇਆ ਕਿ ਮੇਰਾ ਬਿਲਾਲ ਵੀ ਮੇਰੀ ਆਲੇ ਬੈਦ ਵਿੱਚ ਏ, ਉਹ ਆਸ਼ਕ ਜਿਹਨੂੰ ਦੁਨੀਆ ਹਜ਼ਰਤ ਬਿਲਾਲੇ ਹਬਸ਼ੀ ਕਹਿੰਦੀ ਏ। ਅੱਜ ਉਸ ਆਸ਼ਕ ਦਾ ਜ਼ਿਕਰ ਕਰਨਾ ਕਿ ਜਿਹੜਾ ਹੈ ਤੇ ਹਬਸ਼ੀ, ਰੰਗ ਤੇ ਕਾਲਾ, ਪਰ ਇਸ਼ਕ ਬੜਾ ਵੱਡਾ। ਤਵਜੋ ਹੈ, ਇਸ਼ਕ ਬੜਾ ਵੱਡਾ। ਹਜ਼ਰਤ ਬਿਲਾਲ ਹਬਸ਼ੀ ਦੇ ਵਾਲਦ ਦਾ ਨਾਂ ਸੀ ਰਿਬਾਹ। ਤਵਜੋ ਨਾ ਸੁਣੀ ਸਾਰੀ ਗੱਲ, ਵਾਲਦ ਦਾ ਨਾਂ ਸੀ ਰਿਬਾਹ। ਰਵਾਇਤ ਦੇ ਅੰਦਰ ਆਉਂਦਾ ਹੈ ਕਿ ਰਿਬਾਹ ਵੀ ਸੀ, ਇੱਕ ਰਵਾਇਤ ਦੇ ਅੰਦਰ ਆਉਂਦਾ ਕਿ ਰੁਬਾਹ ਸੀ। ਦੋ ਰਵਾਇਤਾਂ ਮਿਲਦੀਆਂ, ਰਿਬਾਹ ਵੀ ਤੇ ਰੁਬਾਹ ਵੀ। ਮਾਂ ਦਾ ਨਾਂ ਸੀ ਹਮਾਮਾ। ਮੈਂ ਗੱਲ ਕਿਹਦੀ ਕਰ ਰਿਹਾ, ਸੌ ਗਏ ਹੋ, ਹਜ਼ਰਤ ਬਿਲਾਲ ਦੀ ਗੱਲ ਕਰ ਰਿਹਾ, ਬੋਲੋ ਤੇ ਸਹੀ ਨਾ। ਬਾਪ ਦਾ ਨਾਂ ਹੈ ਰਿਬਾ। ਤੁਸੀਂ ਇੱਥੇ ਆਓ ਜੀ, ਇੱਥੇ ਆਓ ਮੇਰੇ ਕੋਲ। ਆ ਪੁੱਤਰ ਉੱਠੋ, ਇੱਥੋਂ ਪਿੱਛੇ ਚਲੋ, ਇਹਨਾਂ ਨੂੰ ਯਾਰ ਪਿੱਛੇ ਬਿਠਾਇਆ ਕਰੋ ਬੱਚਿਆਂ ਨੂੰ। ਇੱਥੇ ਸਿਆਣੇ ਬੰਦੇ ਮਾਸ਼ਾਅੱਲਾ ਜਿਹੜੇ ਦੂਰੋਂ ਦੂਰੋਂ ਆ ਕੇ ਪੈ ਬਿਆਨ ਸੁਣਨ ਵਾਸਤੇ ਬਹਿੰਦੇ ਨੇ, ਉਹ ਤੁਸੀਂ ਅੱਗੇ ਆ ਕੇ ਕੋਲ ਬਿਆ ਕਰੋ ਮਾਈ। ਤਵਜੋ ਹੈ, ਵਾਲਦ ਦਾ ਨਾਂ ਹੈ ਰਿਬਾ, ਮਾਂ ਦਾ ਨਾਂ ਹੈ ਹਮਾਮਾ, ਤੇ ਪੁੱਤਰ ਹੈ ਬਿਲਾਲ। ਆਏ ਹਾਏ, ਤੇ ਬਿਲਾਲ ਫਿਰ ਉਹ ਬਿਲਾਲ ਕਿ ਜਿਹਨੂੰ ਸਰਕਾਰ ਨੇ ਫਰਮਾਇਆ ਕਾਬੇ ਦੀ ਛੱਤ ਤੇ ਚੜ੍ਹ ਕੇ ਜਾਣ ਪੜਨੀ ਹੈ। ਬਿਲਾਲ ਫਿਰ ਉਹ ਬਿਲਾਲ, ਮੈਂ ਪਹਿਲੇ ਦੱਸਿਆ ਕਿ ਜਿਹੜਾ ਮੁਅੱਜ਼ਨ ਰਸੂਲ ਏ, ਜਿਹੜਾ ਖਜ਼ਾਨਚੀ ਰਸੂਲ ਏ, ਜਿਹੜਾ ਨਬੀ ਦੇ ਘਰ ਦਾ ਚੌਕੀਦਾਰ ਏ, ਨਬੀ ਦੇ ਘਰ ਦਾ ਪਹਿਰੇਦਾਰ ਏ, ਉਹ ਬਿਲਾਲ ਏ। ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਹਲੇ ਮੱਕੇ ਨੇ, ਗਾਰੇ ਹੀਰਾ ਦੇ ਅੰਦਰ ਮੇਰੀ ਸਰਕਾਰ ਇਬਾਦਤ ਵਾਸਤੇ ਗਏ, ਇਬਾਦਤ ਵਾਸਤੇ ਜਾਂਦੇ, ਹਜ਼ਰਤ ਅਬੂ ਬਕਰ ਸਦੀਕ ਮੇਰੀ ਸਰਕਾਰ ਦੇ ਨਾਲ ਨੇ। ਬਿਲਾਲ ਕਲਮਾ ਨਹੀਂ ਪੜ੍ਹਿਆ ਹਾਲੇ, ਉਮਈਆ ਬਿਨ ਖਲਫ ਇਹ ਕਾਫਰ ਏ, ਇਹਦੇ ਗੁਲਾਮ ਨੇ, ਤੇ ਬੱਕਰੀਆਂ ਚਰਾਉਂਦੇ ਨੇ, ਤੇ ਰੋਜ਼ਾਨਾ ਬੱਕਰੀਆਂ ਚਾਰਦਿਆਂ ਚਾਰਦਿਆਂ ਨਾ ਉਸ ਗਾਰ ਅੱਗੇ ਆ ਜਾਂਦੇ ਨੇ ਜਿੱਥੇ ਸਰਕਾਰ ਇਬਾਦਤ ਕਰ ਰਹੇ ਨੇ। ਮੈਂ ਗੱਲ ਸ਼ੁਰੂ ਕਰ ਦਿੱਤੀ ਇਸ਼ਕ ਦੀ ਦਾਸਤਾਂ ਏ, ਰੋਜ਼ਾਨਾ ਬੱਕਰੀਆਂ ਚਾਰਦਿਆਂ ਚਾਰਦਿਆਂ ਉੱਥੇ ਆਉਣਾ ਜਿੱਥੇ ਮੇਰੀ ਸਰਕਾਰ ਇਬਾਦਤ ਫਰਮਾਉਂਦੇ ਨੇ। ਹੁਣ ਇੱਕ ਦਿਨ ਮੇਰੀ ਸਰਕਾਰ ਸਲਮ ਗਾਰ 'ਚੋਂ ਬਾਹਰ ਨਿਕਲੇ, ਅਬੂ ਬਕਰ ਸਦੀਕ ਨਾਲ ਨੇ,
ਜਦੋਂ ਮੇਰੀ ਸਰਕਾਰ ਗਾਰ ਚੋਂ ਬਾਹਰ ਨਿਕਲੇ ਨਾ ਤੇ ਅੱਲਾ ਦੀ ਕਸਮ ਇੰਜ ਨਿਕਲੇ ਤੇ ਇੰਜ ਲੱਗਾ ਜਿਵੇਂ ਬਦਲਾਂ ਵਿੱਚੋਂ ਚੌਦਵੀਂ ਰਾਤ ਦਾ ਚੰਨ ਨਹੀਂ ਨਿਕਲਦਾ। ਇੰਜ ਗਾਰ ਵਿੱਚ ਸੋਹਣਾ ਮਹਿਬੂਬ ਆਇਆ ਤੇ ਬਿਲਾਲ ਦੀ ਨਜ਼ਰ ਪੈ ਗਈ ਸਰਕਾਰ ਵੱਲ ਤੇ ਸਰਕਾਰ ਦੀ ਨਜ਼ਰ ਪੈ ਗਈ ਬਿਲਾਲ ਵੱਲ। ਰੰਗ ਦਾ ਕਾਲਾ, ਨੱਕ ਮੋਟਾ, ਬੁੱਲ ਮੋਟੇ ਨੇ ਤੇ ਦੁਨੀਆ ਕਾਲਾ ਕਹਿੰਦੀ ਏ ਤੇ ਸਰਕਾਰ ਦੀਆਂ ਨਜ਼ਰਾਂ 'ਚ ਉਹਨਾਂ ਨੂੰ ਸੋਹਣਾ ਹੈ ਹੀ ਕੋਈ ਨਹੀਂ। ਜਦੋਂ ਸਰਕਾਰ ਨੂੰ ਵੇਖਿਆ ਨਾ ਤੇ ਵਹਿੰਦੇ ਹੀ ਰਹਿ ਗਏ। ਵੇਖਣ ਕਿਉਂ ਨਾ, ਉਹ ਜਿਹੜਾ ਯੂਸਫ ਦਾ ਵੀ ਇਮਾਮ ਹੋਵੇ ਯਾਜ ਨਾ ਹਜ਼ਰਤ ਯੂਸਫ ਬੀਬੀਆਂ ਕੋਲੋਂ ਮਿਸਰ ਦੀਆਂ ਉਹ ਜਿਹੜੀਆਂ ਸ਼ਹਿਜ਼ਾਦੀਆਂ ਸਨ ਉਹਨਾਂ ਕੋਲ ਨੰਗੇ ਤੇ ਆਓ। ਉਹਨੇ ਕਿਸੇ ਨੇ ਕਿਹਾ ਕਿ ਉਹਨੇ ਕਿਹਾ ਕਿ ਸੇਬ ਲੈ ਲਓ, ਛੁਰੀ ਲੈ ਲਓ ਤੇ ਸੇਬ ਕੱਟੋ ਜਦੋਂ ਯੂਸਫ ਨੰਗਣਗੇ। ਜ਼ੁਲੈਖਾ ਕਹਿਣ ਲੱਗੀ ਜਦੋਂ ਯੂਸਫ ਨੰਗਣ ਤੇ ਸੇਬ ਲੈ ਕੇ ਛੁਰੀ ਲੈ ਕੇ ਤੇ ਸੇਬ ਕੱਟਣੇ ਨੇ। ਉੱਧਰ ਹਜ਼ਰਤ ਯੂਸਫ ਨੰਗੇ, ਉੱਧਰ ਜ਼ੁਲੈਖਾ ਕਹਿਣ ਲੱਗੀ ਸੋਹਣਿਆ ਜਾਂਦਿਆਂ ਜਾਂਦਿਆਂ ਜ਼ਰਾ ਨਕਾਬ ਹਟਾ ਦਈ, ਜਾਂਦਿਆਂ ਜਾਂਦਿਆਂ ਨਕਾਬ ਹਟਾ ਦਈ। ਤੇ ਜਦੋਂ ਨਕਾਬ ਹਟਾਇਆ ਤੇ ਹਜ਼ਰਤ ਯੂਸਫ ਨੇ ਆਪਣਾ ਚਿਹਰਾ ਵਿਖਾਇਆ ਤੇ ਮਿਸਰ ਦੀਆਂ ਔਰਤਾਂ ਨੇ ਹਜ਼ਰਤ ਯੂਸਫ ਦਾ ਚਿਹਰਾ ਵੇਖਿਆ ਤੇ ਉਂਗਲੀਆਂ ਕੱਟ ਲਈਆਂ। ਸੇਬ ਕੱਟਦਿਆਂ ਕੱਟਦਿਆਂ ਉਂਗਲੀਆਂ ਵੀ ਕੱਟ ਲਈਆਂ ਤੇ ਕੁਰਾਨ ਕਹਿੰਦਾ ਸੀ ਵੀ ਨਹੀਂ ਕੀਤੀ, ਬੋਲੇ ਹੀ ਨਹੀਂ। ਤਵੱਜੋ ਹੈ ਇੱਧਰ, ਕੁਰਾਨ ਕਹਿੰਦਾ ਸੀ ਵੀ ਨਹੀਂ ਕੀਤੀ। ਮਿਸਰ ਦੀਆਂ ਔਰਤਾਂ ਨੇ ਯੂਸਫ ਦਾ ਹੁਸਨ ਵੇਖ ਕੇ, ਮੈਂ ਕਿਹਾ ਜਿਹੜਾ ਗੁਲਾਮ ਹੋਵੇ ਨਮਾਜ਼ੀ ਹੋਵੇ ਉਹਦਾ ਕੋਈ ਹੁਸਨ ਵੇਖੇ ਤੇ ਉਂਗਲੀਆਂ ਕੱਟ ਲੈਣ ਤੇ ਸੀ ਨਾ ਕਰਨ, ਤੇ ਜਿਹੜਾ ਇਮਾਮ ਹੋਵੇ ਤੇ ਹੋਵੇ ਵੀ ਨਬੀਆਂ ਦਾ ਇਮਾਮ। ਬਿਲਾਲ ਨੇ ਵੇਖਿਆ ਚਿਹਰਾ ਸੋਹਣੇ ਦਾ, ਫਿਰ ਚਿਹਰਾ ਕੈਸਾ? ਵਦੁਹਾ ਮੁਖੜਾ ਵੱਲੈਲ ਜ਼ੁਲਫਾਂ, ਵਦੁਹਾ ਮੁਖੜਾ ਵੱਲੈਲ ਜ਼ੁਲਫਾਂ, ਮਾਜ਼ਾਕ ਦਕਜ ਲਾ ਪਾਇਆ ਏ। ਵਦੁਹਾ ਮੁਖੜਾ ਵੱਲੈਲ ਜ਼ੁਲਫਾਂ, ਮਾਜ਼ਾਕ ਦਕਜ ਲਾ ਪਾਇਆ ਏ। ਸਾਰੇ ਇਹ ਹੋਈ ਆਖਦ ਨੇ, ਸਾਰੇ ਇਹ ਹੋਈ ਆਖਦ ਨੇ, ਵਾਹ ਵਾਹ ਰੱਬ ਨੇ ਯਾਰ ਸਜਾਇਆ। ਫਿਰ ਚਿਹਰਾ ਕੈਸਾ? ਮੇਰੀ ਸਰਕਾਰ ਬਾਹਰ ਆਏ, ਹਜ਼ੂਰ ਫਰਮਾਉਂਦੇ ਨੇ ਅਬੂ ਬੱਕਰ ਜਿਹੜਾ ਕਾਲੇ ਰੰਗ ਦਾ ਗੁਲਾਮ, ਇਹਨਾਂ ਨੂੰ ਪੁੱਛ ਤੇਰਾ ਨਾਂ ਕੀ ਹੈ? ਸਦੀਕ ਕਹਿੰਦੇ ਨੇ ਵੀ ਬੇਲੀਆ ਤੇਰਾ ਨਾਂ ਕੀ ਹੈ? ਅਹੇ ਜੀ ਮੇਰਾ ਨਾਂ ਨਾ ਬਿਲਾਲ ਹੈ। ਤੇ ਸਦੀਕ ਨੇ ਜਦੋਂ ਇੰਨੀ ਗੱਲ ਸੁਣੀ ਨਾ ਤਾਂ ਸਦੀਕ ਕਹਿੰਦੇ ਨੇ ਸੁਣਿਆ, ਕਹਿੰਦਾ ਮੇਰਾ ਨਾਂ ਬਿਲਾਲ ਹੈ। ਮੇਰੇ ਆਕਾ ਫਰਮਾਉਂਦੇ ਨੇ ਸਦੀਕ ਇਹਨੂੰ ਕਹਿ ਕਿ ਇੰਨੀਆਂ ਬੱਕਰੀਆਂ ਨੇ ਤੇ ਸਾਨੂੰ ਪਿਆਸ ਲੱਗੀ ਹੈ, ਤੇ ਕਿਸੇ ਬੱਕਰੀ ਦਾ ਦੁੱਧ ਚੋ ਲਈਏ, ਦੁੱਧ ਚੋ ਲਈਏ। ਹਜ਼ਰਤ ਅਬੂ ਬੱਕਰ ਸਦੀਕ ਨੇ ਬਿਲਾਲ ਪਾਕ ਨੂੰ ਆਖਿਆ ਤਾਂ ਬਿਲਾਲ ਕਹਿਣ ਲੱਗੇ ਨਾ ਮੁਸਕਰਾ ਹੀ ਜਾਣ, ਮੁਸਕਰਾ ਕੇ ਨਾ ਤਾਂ ਸਰਕਾਰ ਦੇ ਚਿਹਰੇ ਵੱਲ ਵੇਖ ਕੇ ਆਉਂਦੇ ਨੇ, ਜਿੱਡੇ ਤੁਸੀਂ ਸੋਹਣੇ ਹੋ ਨਾ, ਨਾਂ ਤਾਂ ਨਹੀਂ ਹੁੰਦੀ ਪਰ ਮੇਰੀਆਂ ਬੱਕਰੀਆਂ ਦੁੱਧ ਹੀ ਨਹੀਂ ਦਿੰਦੀਆਂ। ਜਿੱਡੇ ਤੁਸੀਂ ਸੋਹਣੇ ਹੋ ਨਾਂ ਤਾਂ ਨਹੀਂ ਆਉਂਦੇ ਪਰ ਮੇਰੀਆਂ ਬੱਕਰੀਆਂ ਦੁੱਧ ਹੀ ਨਹੀਂ ਦਿੰਦੀਆਂ। ਸਦੀਕ ਮੁਸਕਰਾ ਕੇ ਨਾ ਕੰਨ ਦੇ ਕੋਲ ਹੋ ਕੇ ਆਉਂਦੇ ਨੇ, ਤੂੰ ਇਜਾਜ਼ਤ ਦੇ ਦੇ ਜਿਹੜਾ ਨਾਂ ਲੈਣਾ ਇਹਦੇ ਪੱਥਰਾਂ ਨੂੰ ਵੀ ਕਲਮੇ ਪੜ੍ਹਾ ਲੈਂਦਾ, ਤੂੰ ਇਜਾਜ਼ਤ ਦੇ ਦੇ। ਤੇ ਬਿਲਾਲ ਆਉਂਦੇ ਨੇ ਜਦੋਂ ਦਿੰਦੀ ਨਹੀਂ
ਤੇ ਆਏਗਾ ਕਿੱਥੋਂ? ਹਲੇ ਕਾਫਰ ਸਨ ਨਾ, ਕਲਮਾ ਨਹੀਂ ਸੀ ਪੜਿਆ, ਹਲੇ ਨਹੀਂ ਸੀ ਪਤਾ ਕਿ ਮਹਿਬੂਬ ਦੀ ਸ਼ਾਨ ਕੀ ਏ। ਹੈ ਪਰ ਉਹ ਸੁੱਕੀਆਂ ਖਜੂਰਾਂ ਉਗਾ ਜਾਣਦਾ ਏ, ਉਹ ਸੁੱਕੀਆਂ ਖਜੂਰਾਂ ਉਗਾ ਜਾਣਦਾ ਏ, ਉਹ ਪੱਥਰਾਂ ਨੂੰ ਕਲਮੇ ਫੜਾ ਜਾਣਦਾ ਏ, ਉਹ ਸੁੱਕੀਆਂ ਖਜੂਰਾਂ ਉਗਾ ਜਾਣਦਾ ਏ, ਉਹ ਪੱਥਰਾਂ ਨੂੰ ਕਲਮੇ ਫੜਾ ਜਾਣਦਾ ਏ, ਉਹ ਮਾੜਿਆਂ ਨੂੰ ਸੀਨੇ ਲਾ ਜਾਣਦਾ ਏ, ਉਹ ਮਾੜਿਆਂ ਨੂੰ ਸੀਨੇ ਲਾ ਜਾਣਦਾ ਏ, ਉਹ ਪੱਥਰਾਂ ਨੂੰ ਕਲਮੇ ਪੜਾ ਜਾ। ਅਜ਼ਰਾਤ ਨੀ ਵਕਾਰ, ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਵਾਨਿਓ, ਮੇਰੇ ਆਕਾ ਦੇ ਦੀਵਾਨਿਓ, ਹਜ਼ਰਤ ਬਿਲਾਲ ਕਹਿੰਦੇ ਨੇ ਦੁੱਧ ਨਹੀਂ ਦਿੰਦੀ, ਹਜ਼ਰਤ ਅਬੂ ਬਕਰ ਸਦੀਕ ਕਹਿੰਦੇ ਨੇ ਬਿਲਾਲ ਜਿਹੜਾ ਮੇਰੇ ਨਾਲ ਆਇਆ ਵੇ ਇਹਦੇ ਆਡਾ ਸੋਹਣਾ ਮਹਿਬੂਬੇ, ਇਸ਼ਾਰੇ ਕਰੇ ਪੱਥਰ ਕਲਮੇ ਪੜ ਲੈਂਦੇ ਨੇ, ਇਸ਼ਾਰੇ ਕਰੇ ਸੂਰਜ ਦੇ ਦੋ ਟੋਟੇ ਹੋ ਜਾਂਦੇ ਨੇ, ਇਹ ਤੇ ਇਸ਼ਾਰੇ ਕਰੇ ਦਰਖਤ ਟੁਰ ਪੈਂਦੇ ਨੇ, ਇਹ ਤੇ ਇਸ਼ਾਰੇ ਕਰੇ ਕਬਰਾਂ 'ਚ ਮੁਰਦੇ ਜ਼ਿੰਦਾ ਹੋ ਜਾਂਦੇ ਨੇ। ਅਬੂ ਬਕਰ ਕਹਿਣ ਲੱਗੇ ਬਿਲਾਲ ਇਜਾਜ਼ਤ ਦੇਣਾ ਤੇਰਾ ਕੰਮ ਏ, ਦੁੱਧ ਛੋਣਾ ਮੇਰੀ ਸਰਕਾਰ ਦਾ ਕੰਮ ਏ। ਹਜ਼ਰਤ ਬਿਲਾਲ ਕਹਿੰਦੇ ਨੇ ਠੀਕ ਏ, ਹਜ਼ਰਾਤ ਹਜ਼ਰਤ ਬਿਲਾਲ ਨੇ ਇਜਾਜ਼ਤ ਦਿੱਤੀ, ਮੇਰੀ ਸਰਕਾਰ ਚਲਦਿਆਂ ਚਲਦਿਆਂ ਬੱਕਰੀ ਕੋਲ ਆਏ, ਹਜ਼ਰਾਤ ਮੇਰੇ ਆਕਾ ਨੇ ਬੱਕਰੀ ਦੇ ਥਣਾਂ ਨੂੰ ਹੱਥ ਲਾਇਆ, ਰੱਬੇ ਕਾਬਾ ਦੀ ਕਸਮ ਏ ਇੱਧਰ ਮੇਰੀ ਸਰਕਾਰ ਨੇ ਹੱਥ ਲਾਇਆ, ਉਧਰ ਬੱਕਰੀ ਦੇ ਥਣਾਂ 'ਚ ਦੁੱਧ ਆ ਗਿਆ। ਮੇਰੇ ਆਕਾ ਫਰਮਾਉਂਦੇ ਨੇ ਬਿਲਾਲ ਜੀ ਆਕਾ ਹੁਕਮ ਹੋਵੇ, ਮੇਰੀ ਸਰਕਾਰ ਫਰਮਾਉਂਦੇ ਕੋ ਪਿਆਲਾ ਹੈ ਜੀ, ਸੋਹਣਿਆ ਪਿਆਲਾ ਹੈ ਵੇ, ਮੇਰੇ ਆਕਾ ਫਰਮਾਉਂਦੇ ਪਿਆਲਾ ਲੈ ਕੇ ਆ ਜਾਓ। ਹਜ਼ਰਤ ਬਿਲਾਲ ਲੱਕੜੀ ਦਾ ਪਿਆਲਾ ਲੈ ਕੇ ਆਏ, ਮੇਰੇ ਆਕਾ ਨੇ ਦੁੱਧ ਚੋਣਾ ਸ਼ੁਰੂ ਕੀਤਾ, ਪਿਆਲਾ ਭਰ ਗਿਆ। ਮੇਰੇ ਆਕਾ ਫਰਮਾਉਂਦੇ ਅਬੂ ਬੱਕਰ ਦੁੱਧ ਪੀ ਲੈ, ਅਬੂ ਬੱਕਰ ਨੇ ਦੁੱਧ ਪੀਤਾ, ਮੇਰੇ ਆਕਾ ਨੇ ਦੁਬਾਰਾ ਦੁੱਧ ਛੋਣਾ ਸ਼ੁਰੂ ਕੀਤਾ, ਮੇਰੇ ਆਕਾ ਫਰਮਾਉਂਦੇ ਲੈ ਬਿਲਾਲ ਤੂੰ ਪੀ ਲੈ, ਹਜ਼ਰਤ ਬਿਲਾਲ ਨੇ ਦੁੱਧ ਪੀਤਾ, ਤੀਜੀ ਵਾਰੀ ਮੇਰੀ ਸਰਕਾਰ ਨੇ ਦੁੱਧ ਪੀਤਾ। ਹਜ਼ਰਾਤ ਬਿਲਾਲ ਵੇਖੀ ਜਾਂਦਾ ਹੈ, ਸਰਕਾਰ ਦੀਆਂ ਦਾਵਾਂ ਵੇਖੀ ਜਾਂਦਾ, ਸਰਕਾਰ ਦੇ ਕੰਮ ਵੇਖੀ ਜਾਂਦਾ, ਹਜ਼ਰਾਤ ਦਿਲ ਵਿੱਚ ਇਸ਼ਕ ਆ ਗਿਆ, ਦਿਲ ਵਿੱਚ ਪ੍ਰੀਤ ਆ ਗਈ। ਹਜ਼ਰਾਤ ਦੂਜਾ ਦਿਨ ਆਇਆ, ਬਿਲਾਲ ਫਿਰ ਬੱਕਰੀਆਂ ਲੈ ਕੇ ਘਰ ਹੀਰਾ ਦੇ ਆ ਗਿਆ, ਤੀਜਾ ਦਿਨ ਆਇਆ ਬਿਲਾਲ ਫਿਰ ਆ ਗਿਆ, ਹਜ਼ਰਾਤ ਜਦੋਂ ਚੌਥਾ ਦਿਨ ਹੋਇਆ ਉਹ ਮਈਆ ਕਹਿਣ ਲੱਗਾ ਬਿਲਾਲ ਓਏ ਬੋਲ ਤੇ ਸਹੀ, ਅੱਜ ਚਾਰ ਦਿਨ ਹੋ ਗਏ ਨੇ, ਬੱਕਰੀਆਂ ਕਿੱਥੇ ਲੈ ਕੇ ਜਾਣਾ, ਬੱਕਰੀਆਂ ਦੇ ਥਣਾਂ ਵਿੱਚ ਦੁੱਧ ਵੀ ਆ ਗਿਆ, ਬੱਕਰੀਆਂ ਮੋਟੀਆਂ ਵੀ ਹੋ ਗਈਆਂ, ਓਏ ਬੋਲ ਕਿੱਥੇ ਲੈ ਕੇ ਜਾਣਾ। ਆਂਦਾ ਆਕਾ ਜਿੱਥੇ ਅੱਗੇ ਲੈ ਕੇ ਜਾਣਾ ਸਾਂ ਉੱਥੇ ਹੀ ਲੈ ਕੇ ਜਾਣਾ। ਹਜ਼ਰਾ ਜਦੋਂ ਚੌਥੇ ਦਿਨ ਬਿਲਾਲ ਆਏ, ਮੇਰੇ ਆਕਾ ਘਰ ਵਿੱਚੋਂ ਬਾਹਰ ਆਏ, ਬਿਲਾਲ ਸਰਕਾਰ ਵੱਲ ਵੇਖੀ ਜਾ ਰਹੇ ਨੇ,
ਵੇਖੀ ਜਾ ਰਹੇ ਨੇ ਤੇ ਬਿਲਾਲ ਬੋਲ ਕੇ ਆਉਂਦੇ ਨੇ ਸੋਹਣਿਆ ਮੈਨੂੰ ਕਲਮਾ ਪੜਾ ਦੇ ਮੁਸਲਮਾਨ ਬਣਾ ਦੇ ਮੇਰੀ ਸਰਕਾਰ ਨੇ ਕਲਮਾ ਪੜਾਇਆ ਮੁਸਲਮਾਨ ਬਣਾਇਆ ਹੁਣ ਬਿਲਾਲ ਨੂੰ ਇਸ਼ਕ ਲੱਗ ਗਿਆ ਇਸ਼ਕ ਲੱਗ ਗਿਆ ਐਵੇਂ ਤੇ ਨਹੀਂ ਆਸ਼ਕ ਕਹਿੰਦਾ ਇਸ਼ਕ ਸੱਚਾ ਨਸੀਬ ਹੈ ਆਸ਼ਿਕਾਂ ਦਾ ਆਸ਼ਕ ਇਸ਼ਕ ਸਰੂਰ ਨਾਲ ਸਜਦਾ ਇਸ਼ਕ ਸੱਚਾ ਨਸੀਬ ਹੈ ਆਸ਼ਿਕਾਂ ਦਾ ਆਸ਼ਕ ਇਸ਼ਕ ਸਰੋਵਰ ਨਾਲ ਸਜਦਾ ਏ ਰਾਤ ਸਜਦੀ ਏ ਨਾਲ ਇਹ ਤਾਰਿਆਂ ਦੇ ਦਿਨ ਸੂਰਜ ਦੇ ਨੂਰ ਨਾਲ ਸਜਦਾ ਏ ਮੈਂ ਮੁੱਕਦੀ ਗੱਲ ਮੁਕਾ ਦੇਵਾਂ ਕਾਇਨਾਤ ਹਜ਼ੂਰ ਨਾਲ ਸਜਦੀ ਸੁਣਿਆ ਕਲਮਾ ਨਹੀਂ ਪੜਾ ਦਿੰਦਾ ਮੇਰੀ ਸਰਕਾਰ ਨੇ ਕਲਮਾ ਪੜਾਇਆ ਅਰਜ਼ ਕੀਤੀ ਆਕਾ ਹੁਣ ਤੁਹਾਡਾ ਗੁਲਾਮ ਹੋ ਗਿਆ ਹੁਣ ਮੈਨੂੰ ਆਪਣਾ ਦੀਨ ਵੀ ਸਿਖਾਓ ਮੇਰੇ ਆਕਾ ਫਰਮਾਉਂਦੇ ਬਿਲਾਲ ਹੁਣ ਤੂੰ ਸਾਡਾ ਕਲਮਾ ਪੜ੍ਹ ਲਿਆ ਹੌਲੀ ਹੌਲੀ ਦੀਨ ਵੀ ਆ ਜਾਏਗਾ ਹੁਣ ਨਾ ਜਦੋਂ ਬਿਲਾਲ ਨੇ ਕਲਮਾ ਪੜ੍ਹਿਆ ਨਾ ਤਾਂ ਬਿਲਾਲ ਨੂੰ ਨਾ ਕੁਫਰ ਕੋਲੋਂ ਬਦਬੂ ਆਉਣ ਲੱਗ ਪਈ ਨਫ਼ਰਤ ਹੋਣ ਲੱਗ ਪਈ ਅਤੇ ਗੁੱਸੇ ਦੇ ਨਾਲ ਨਾ ਇੱਕ ਦਿਨ ਬੁੱਤ ਖਾਨੇ ਗਏ ਅਤੇ ਵੱਡੇ ਵੱਡੇ ਬੁੱਤ ਲੱਗੇ ਨੇ ਜਾ ਕੇ ਵੱਟਾ ਫੜ ਕੇ ਮਾਰਿਆ ਉਹ ਸਭ ਤੋਂ ਵੱਡਾ ਸੀ ਨਾ ਜਿਹੜਾ ਇੱਕ ਬੁੱਤ ਉਹਨਾਂ ਦਾ ਖੁਦਾ ਉਹਦੇ ਬੂਥੇ 'ਤੇ ਜਾ ਕੇ ਵੱਜਾ ਅਤੇ ਮੂੰਹ ਟੁੱਟ ਗਿਆ ਅਤੇ ਬਿਲਾਲ ਆਉਂਦਾ ਮੈਂ ਮਾਰਿਆ ਹੀ ਹੁਣ ਬਚਾ ਲਿਆ ਬਾਈ ਹੁਣ ਲੜ ਲੈ ਮੇਰੇ ਨਾਲ ਮੈਂ ਮਾਰਿਆ ਹੀ ਪਤਾ ਲੱਗ ਜੇ ਤੇਰਾ ਤੂੰ ਖੁਦਾ ਬਣੀ ਫਿਰਨਾ ਪਰ ਉਹ ਮਿੱਟੀ ਦਾ ਬੁੱਤ ਕਿੱਥੋਂ ਮੁਕਾਬਲਾ ਕਰੇ ਮਾਰ ਕੇ ਨਾ ਵੱਟਾ ਇੰਜ ਕਹਿ ਲਓ ਮੈਂ ਪੰਜਾਬੀ 'ਚ ਆਪਣੀ ਜ਼ੁਬਾਨ 'ਚ ਕਹਾਂ ਅਤੇ ਉਹਦਾ ਉਹਨਾਂ ਦੇ ਸਿਰ 'ਚ ਖੇ ਪਹਾੜੀ ਬੋਲੋ ਅਤੇ ਮਾਰ ਕੇ ਵੱਟਾ ਬਾਹਰ ਆ ਗਏ ਅਬੂ ਜਹਲ ਅਬੂ ਲਾਭ ਨੂੰ ਪਤਾ ਲੱਗਿਆ ਕਿ ਬਿਲਾਲ ਨੇ ਗੁਸਤਾਖੀ ਕੀਤੀ ਸਾਡੇ ਖੁਦਾਵਾਂ ਦੀ ਅਤੇ ਬਿਲਾਲ ਉਹ ਹੈ ਜਿਹੜਾ ਉਮਈਆ ਦਾ ਗੁਲਾਮ ਹੈ ਅਤੇ ਉਹਨਾਂ ਸਾਰਿਆਂ ਇਕੱਠਿਆਂ ਹੋ ਕੇ ਨਾ ਅਤੇ ਉਮਈਆ ਦੇ ਘਰ ਟੁਰ ਗਏ ਕਿ ਜਾ ਕੇ ਸ਼ਿਕਾਇਤ ਲਾਉਂਦੇ ਹਾਂ ਕਿ ਇਹਨੇ ਸਾਡੇ ਖੁਦਾ ਦੀ ਗੁਸਤਾਖੀ ਕੀਤੀ ਹੈ ਪਰ ਬਿਲਾਲ ਨੂੰ ਹੁਣ ਕੌਣ ਮੋੜੇ ਜਿਹਦੇ ਦਿਲ ਅੰਦਰ ਇਸ਼ਕ ਆ ਗਿਆ ਹੈਂ ਹਜ਼ਰਤ ਨੀ ਮਕਾਨ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀਵਾਨੇ ਹੋ ਹਜ਼ਰਤ ਅਬੂ ਜਾਲ ਤੇ ਅਬੂ ਲਾਬ ਚਲਦਿਆਂ ਚਲਦਿਆਂ ਹਜ਼ਰਤ ਉਮਈਆ ਦੇ ਕੋਲ ਆ ਗਏ ਆ ਕੇ ਕਹਿਣ ਲੱਗੇ ਉਮਈਆ ਤੇਰਾ ਇੱਕ ਗੁਲਾਮ ਏ ਜਿਹਦਾ ਨਾਮ ਬਿਲਾਲ ਏ ਤੇਰੇ ਗੁਲਾਮ ਨੇ ਸਾਡੇ ਬੁੱਤਾਂ ਦੀ ਗੁਸਤਾਖੀ ਕੀਤੀ ਹੈ ਉਹਨਾਂ ਦੇ ਸਿਰਾਂ 'ਤੇ ਖੇ ਪਾ ਕੇ ਆ ਗਿਆ ਉਹਨਾਂ ਦੇ ਮੂੰਹ 'ਤੇ ਵੱਟੇ ਮਾਰ ਕੇ ਆ ਗਿਆ ਉਮਈਆ ਕਹਿਣ ਲੱਗਾ ਕਿਹਦੀਆਂ ਗੱਲਾਂ ਮੈਂ ਕਰਦੇ ਹੋ
ਅਬੂ ਜਹਿਲ ਕਹਿਣ ਲੱਗਾ ਉਹਦਾ ਨਾਂ ਬਿਲਾਲ ਏ, ਬਿਲਾਲ ਨੇ ਸਾਡੇ ਬੁੱਤਾਂ ਦੀ ਗੁਸਤਾਖੀ ਕੀਤੀ ਹੈ। ਉਮਈਆ ਨੇ ਬਿਲਾਲ ਨੂੰ ਬੁਲਾਇਆ ਤੇ ਜਦੋਂ ਬਿਲਾਲ ਆ ਗਏ, ਉਮਈਆ ਕਹਿਣ ਲੱਗਾ ਬਿਲਾਲ ਉਹ ਜਿਹੜੇ ਖੁਦਾ ਦੀ ਇਬਾਦਤ ਕਰਨਾ ਵੇ ਉਸੇ ਨੂੰ ਵੱਟੇ ਮਾਰਨਾ ਵੇ। ਬਿਲਾਲ ਆਂਦਾ ਉਮਈਆ ਚੁੱਪ ਕਰ ਜਾ, ਮੈਂ ਉਹਨੂੰ ਨਹੀਂ ਮੰਨਦਾ, ਮੈਂ ਤੇ ਉਹਨੂੰ ਮੰਨਣਾ ਵਾ ਜਿਹਨੇ ਤੈਨੂੰ ਵੀ ਬਣਾਇਆ ਏ, ਜਿਹਨੇ ਮੈਨੂੰ ਵੀ ਬਣਾਇਆ ਵੇ। ਉਮਈਆ ਕਹਿਣ ਲੱਗਾ ਮੈਨੂੰ ਸਮਝ ਨਹੀਂ ਆਈ, ਕਹਿਣ ਲੱਗਾ ਮੈਂ ਸਮਝਾ ਦੇਣਾ। ਓਏ ਸੁਣ ਲੈ, ਮੈਂ ਤੇ ਕਲਮਾ ਹੀ ਮਦੀਨੇ ਵਾਲੇ ਦਾ ਪੜ ਲਿਆ, ਮੈਂ ਤੇ ਕਲਮਾ ਹੀ ਮਦੀਨੇ ਵਾਲੇ ਦਾ ਪੜ ਲਿਆ ਵੇ। ਉਮਈਆ ਕਹਿੰਦਾ ਸ਼ਰਮ ਕਰ ਲੈ, ਰੋਟੀ ਮੈਂ ਦੇਣਾ ਵਾ, ਕੱਪੜੇ ਮੈਂ ਦੇਣਾ ਵਾ, ਦਾਣੇ ਮੈਂ ਦੇਣਾ ਵਾ, ਖਾਣ ਨੂੰ ਮੈਂ ਦੇਣਾ ਵਾ। ਓਏ ਖਾਣਾ ਮੇਰੇ ਕੋਲੋਂ ਏ, ਗੁਸਤਾਖੀਆਂ ਜਾ ਕੇ ਬੁੱਤ ਦੀਆਂ ਕਰਨਾ, ਕਲਮੇ ਜਾ ਕੇ ਸੋਹਣੇ ਮੁਹੰਮਦ ਦੇ ਪੜਨਾ। ਉਹਨੇ ਕਿਹਾ ਮੇਰੀ ਗੱਲ ਸੁਣ ਲੈ, ਭਾਵੇਂ ਮੈਂ ਤੇਰਾ ਗੁਲਾਮ ਆ ਪਰ ਦਿਲ ਮੇਰਾ ਉਹਦਾ ਗੁਲਾਮ ਏ। ਉਮਈਆ ਕਹਿਣ ਲੱਗਾ ਬਿਲਾਲ ਗੱਲ ਚੰਗੀ ਨਹੀਂ ਆ। ਉਮਈਆ ਕਹਿਣ ਲੱਗਾ ਬਿਲਾਲ ਓਏ ਸੁਣ ਲੈ, ਜੇ ਤੂੰ ਮੁਹੰਮਦ ਦਾ ਕਲਮਾ ਪੜਿਆ ਫਿਰ ਤੈਨੂੰ ਮਾਰਾ ਖਾਣੀਆਂ ਪੈਣਗੀਆਂ। ਬਿਲਾਲ ਆਂਦਾ ਖਾ ਲਵਾਂਗਾ, ਉਮਈਆ ਕਹਿੰਦਾ ਦਾਣੇ ਪੀਣੇ ਪੈਣਗੇ। ਬਿਲਾਲ ਆਂਦਾ ਪੀ ਲਵਾਂਗਾ, ਉਮਈਆ ਕਹਿੰਦਾ ਤੱਤੀਆਂ ਰੇਤਾਂ ਤੇ ਲੇਟਣਾ ਪਵੇਗਾ। ਬਿਲਾਲ ਆਂਦਾ ਲੇਟ ਜਾਵਾਂਗਾ, ਉਮਈਆ ਕਹਿੰਦਾ ਸੁਣ ਲੈ ਬੱਚਿਆਂ ਕੋਲੋਂ ਜ਼ਲੀਲ ਕਰਾਵਾਂਗਾ। ਉਹਨੇ ਕਿਹਾ ਹੋ ਜਾਵਾਂਗਾ। ਉਮਈਆ ਕਹਿਣ ਲੱਗਾ ਬਿਲਾਲ ਤੇਰੇ ਜਿਸਮ ਤੇ ਗਰਮ ਲੋਹਾ ਰੱਖਾਂਗਾ। ਬਿਲਾਲ ਕਹਿੰਦਾ ਰਖਾ ਲਵਾਂਗਾ, ਉਹਨੇ ਕਿਹਾ ਫਾਕੇ ਕੱਟਣੇ ਪੈਣਗੇ। ਬਿਲਾਲ ਆਖਿਆ ਕੱਟ ਲਵਾਂਗਾ, ਪਿਆਸਾ ਰਹਿਣਾ ਪਵੇਗਾ। ਆਖਿਆ ਰਹਿ ਲਵਾਂਗਾ, ਆਖਿਆ ਜੇਲ੍ਹ 'ਚ ਰਹਿਣਾ ਪਵੇਗਾ। ਆਖਿਆ ਰਹਿ ਲਵਾਂਗਾ, ਮਾਂ ਛੱਡਣੀ ਪਵੇਗੀ। ਆਖਿਆ ਛੱਡ ਦੇਵਾਂਗਾ, ਪਿਓ ਛੱਡਣਾ ਪਵੇਗਾ। ਆਖਿਆ ਛੱਡ ਦੇਵਾਂਗਾ, ਕਬੀਲਾ ਛੱਡਣਾ ਪਵੇਗਾ। ਆਖਿਆ ਛੱਡ ਲਵਾਂਗਾ। ਉੱਤੋਂ ਆਵਾਜ਼ ਆਈ ਬਿਲਾਲ ਜੇ ਤੂੰ ਮੇਰੇ ਯਾਰ ਦੀ ਖਾਤਰ ਇੰਨਾ ਕੁਝ ਕਰੇਗਾ ਫਿਰ ਮੈਂ ਰੱਬ ਹੋ ਕੇ ਤੈਨੂੰ ਕਾਬੇ ਦੀ ਛੱਤ ਦੇਣਾ ਚੜਾਵਾ ਤੇ ਮੈਨੂੰ ਵੀ ਰੱਬ ਕੌਣ ਆਖੇ। ਜੇ ਫਿਰ ਰੱਬ ਹੋ ਕੇ ਮੈਂ ਕਾਬੇ ਦੀ ਛੱਤ ਨਾ ਚੜਾਵਾਂ ਤੇ ਮੈਨੂੰ ਵੀ ਮੁਹੰਮਦ ਰੱਬ ਕੌਣ ਆਖੇਗਾ ਵੇ। ਫਿਰ ਵੇਲਾ ਆਇਆ ਨਾ, ਮੇਰੀ ਸਰਕਾਰ ਨੇ ਫਰਮਾਇਆ ਬਿਲਾਲ ਚੜ ਸੱਚ ਕਾਬੇ ਦੀ ਛੱਤ ਏ, ਅਜ਼ਾਨ ਪੜ। ਹਾਏ ਹਾਏ, ਜਦੋਂ ਆਖਿਆ ਨਾ ਮੈਂ ਸਾਰਾ ਕੁਝ ਕਰ ਲਾਂਗਾ, ਉਮਈਆ ਨੇ ਡਿਊਟੀ ਲਾ ਦਿੱਤੀ। ਉਹਨੇ ਕਿਹਾ ਉਹ ਇੱਕ ਬੰਦੇ ਦੀ ਪੱਕੀ ਡਿਊਟੀ ਲੱਗ ਜਾਓ, ਤੂੰ ਇਹ ਕੰਮ ਨਹੀਂ ਕਰਨਾ, ਤੂੰ ਰੋਜ਼ਾਨਾ ਕੋੜੇ ਲੈ ਕੇ ਬਿਲਾਲ ਨੂੰ ਕੋੜੇ ਮਾਰਨੇ। ਕਦੀ ਤੱਤੀਆਂ ਰੇਤਾਂ ਤੇ ਲਟਾਇਆ ਜਾਂਦਾ, ਕਦੀ ਬਿਲਾਲ ਨੂੰ ਕੋੜੇ ਮਾਰੇ ਜਾਂਦੇ ਨੇ। ਸਾਨੂੰ ਤੇ ਘਰ ਬੈਠਿਆਂ ਦੀਨ ਲੱਭ ਗਿਆ ਨਾ, ਅਸੀਂ ਤੇ ਆਸ਼ਕ ਆ ਨਾਂ ਦੇ, ਅਸੀਂ ਸਰਕਾਰ ਦੇ ਗੁਲਾਮ ਆ। ਗੁਲਾਮੀ ਰਸੂਲ ਮੈਂ ਮੌਤ ਵੀ ਕਬੂਲ ਹੈ, ਤੇ ਜੇ ਸਾਨੂੰ ਕੋਈ ਕਹਿ ਦੇਵੇ ਦਾੜੀ ਰੱਖ ਲੈ ਸਰਕਾਰ ਦੀ ਸੁਨਤ ਤੇ ਉਹ ਨਹੀਂ ਕਬੂਲ। ਨਾਰਾਜ਼ ਹੋ ਗਏ ਹੋ? ਗੁਲਾਮੀ ਰਸੂਲ ਮੈਂ ਮੌਤ ਵੀ ਕਬੂਲ ਹੈ,
ਚੱਲ ਯਾਰ ਕੋਈ ਨਹੀਂ, ਅਗਲਾ ਨਾਰਾਜ਼ ਮਾਫ਼ੀ ਮੰਗ ਲਾ, ਉਹ ਨਹੀਂ ਕਬੂਲ। ਫਿਰ ਆਸ਼ਕੀ ਕਿੱਥੇ ਗਈ? ਗੁਲਾਮੀ ਰਸੂਲ ਮੈਂ ਮੌਤ ਵੀ ਕਬੂਲ ਹੈ। ਚੱਲ ਯਾਰ ਉਹ ਮਾੜਾ ਬੰਦਾ ਜੇ ਉਹਨੇ ਤੇਰਾ ਕਰਜ਼ਾ ਦੇਣਾ ਲੈ ਤਾਂ ਉਹਦੇ ਕੋਲ ਨਹੀਂ ਹੈ ਤੇ ਥੋੜ੍ਹੀ ਮੁਹਲਤ ਦੇ ਦੇ। ਨਾ ਨਾ ਅੱਜੇ ਹੀ ਚਾਹੀਦੇ ਨੇ। ਫਿਰ ਕਿੱਥੇ ਗਈ ਆਸ਼ਕੀ? ਫਿਰ ਨਬੀ ਦਾ ਅਖਲਾਕ ਕਿੱਧਰ ਗਿਆ? ਨਾ ਸਜਣੋ, ਖਾਲੀ ਨਾਰੇ ਨਹੀਂ, ਅਮਲੀ ਤੌਰ ਤੇ ਵੀ ਕਰਕੇ ਵਿਖਾਉਣਾ ਪਵੇਗਾ। ਹਜ਼ਰਤ ਨੇ ਵਕਾਰ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੀਵਾਨਿਓ ਹਜ਼ਰਤ ਬਿਲਾਲ ਨੂੰ ਤੱਤੀਆਂ ਰੇਤਾਂ ਤੇ ਲਟਾਇਆ ਜਾਂਦਾ ਹੈ। ਹਜ਼ਰਤ ਬਿਲਾਲ ਨੂੰ ਹਜ਼ਰਤ ਹੱਥ ਬਣ ਕੇ ਪੈਰ ਬਣ ਕੇ ਹਜ਼ਰਤ ਬੱਚੇ ਰੱਸੀਆਂ ਲੈ ਕੇ ਕਸੀੜਦੇ ਨੇ। ਹਜ਼ਰਤ ਬਿਲਾਲ ਨੂੰ ਮਾਰਦੇ ਨੇ, ਜ਼ੁਲਮੋ ਸਤਮ ਕੀਤਾ ਜਾਂਦਾ। ਹਜ਼ਰਤ ਬਿਲਾਲ ਦੇ ਸੀਨੇ ਤੇ ਪੱਥਰ ਰੱਖੇ ਜਾਂਦੇ ਨੇ, ਹਜ਼ਰਤ ਬਿਲਾਲ ਨੂੰ ਜ਼ੁਲਮ ਡਾਇਆ ਜਾਂਦਾ। ਇੱਕ ਬੰਦੇ ਦੀ ਡਿਊਟੀ ਲੱਗ ਗਈ ਜਿਹੜਾ ਰੋਜ਼ਾਨਾ ਕੋੜੇ ਮਾਰਦਾ। ਹਜ਼ਰਤ ਅਬੂ ਬਕਰ ਸਦੀਕ ਨੂੰ ਪਤਾ ਚੱਲਿਆ, ਸਦੀਕ ਅਕਬਰ ਚਲਦਿਆਂ ਚਲਦਿਆਂ ਆਕਾ ਖੁਲਾ ਗਏ, ਆਂਦੇ ਆਕਾ ਤੁਹਾਡੇ ਗੁਲਾਮ ਬਿਲਾਲ ਨੂੰ ਮਾਰਾਂ ਪੈਂਦੀਆਂ ਨੇ। ਆਕਾ ਤੱਤੀਆਂ ਰੇਤਾਂ ਤੇ ਲਟਾਇਆ ਜਾਂਦਾ, ਆਕਾ ਸੀਨੇ ਤੇ ਪੱਥਰ ਰੱਖੇ ਜਾਂਦੇ ਨੇ, ਆਕਾ ਗੁਲਾਮ ਕੋੜੇ ਮਾਰਦੇ ਨੇ। ਆਕਾ ਬਿਲਾਲ ਨੂੰ ਕਵੋ ਉੱਚੀ ਉੱਚੀ ਕਲਮਾਨਾ ਪੜਿਆ ਕਰ, ਦਿਲ ਵਿੱਚ ਪੜ ਲਿਆ ਕਰ। ਮੇਰੇ ਆਕਾ ਫਰਮਾਉਂਦੇ ਸਦੀਕ ਜਾ ਮੇਰੇ ਬਿਲਾਲ ਕੋਲ ਚਲਾ ਜਾ, ਜਾ ਕੇ ਮੇਰਾ ਪੈਗਾਮ ਦੇ ਦੇ। ਤੇ ਆਖੀ ਨਬੀ ਫਰਮਾਉਂਦੇ ਨੇ ਬਿਲਾਲ ਮੂੰਹ ਵਿੱਚ ਕਲਮਾ ਪੜ ਲਿਆ ਕਰ, ਦਿਲ ਵਿੱਚ ਪੜ ਲਿਆ ਕਰ। ਹਜ਼ਰਤ ਸੈਯਦਨਾ ਸਦੀਕ ਅਕਬਰ ਬਿਲਾਲ ਕੋਲ ਆਏ, ਆ ਕੇ ਕਹਿਣ ਲੱਗੇ ਬਿਲਾਲ ਆਕਾ ਫਰਮਾਉਂਦੇ ਨੇ ਇਹ ਤੈਨੂੰ ਕੋੜੇ ਮਾਰਦੇ ਨੇ, ਤੂੰ ਉੱਚੀ ਕਲਮਾ ਨਾ ਪੜਿਆ ਕਰ, ਦਿਲ ਵਿੱਚ ਕਲਮਾ ਪੜ ਲਿਆ ਕਰ। ਬਿਲਾਲ ਕਹਿੰਦੇ ਨੇ ਠੀਕ ਹੈ। ਹਜ਼ਰਤ ਹਲੇ ਅਬੂ ਬਕਰ ਸਦੀਕ ਚੱਲੇ, ਇੱਧਰ ਬਿਲਾਲ ਨੂੰ ਮਾਰ ਸ਼ੁਰੂ ਹੋ ਗਈ, ਗੁਲਾਮ ਕੋੜੇ ਮਾਰਦਾ, ਹਜ਼ਰਤ ਲਾਠੀ ਮਾਰਦਾ, ਪੱਥਰ ਮਾਰ ਲੈ। ਹਜ਼ਰਤ ਜੂੰ ਜੂੰ ਕੋੜੇ ਵੱਜਦੇ ਨੇ, ਹਜ਼ਰਤ ਬਿਲਾਲ ਉੱਚੀ ਉੱਚੀ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾਹੂ ਅਕਬਰ, ਅੱਲਾਹੂ ਅਕਬਰ, ਯਾ ਰਸੂਲ ਅੱਲਾਹ, ਯਾ ਰਸੂਲ ਅੱਲਾਹ। ਅਬੂ ਬਕਰ ਦੇ ਕੰਨਾਂ 'ਚ ਆਵਾਜ਼ ਪਈ, ਅਬੂ ਬਕਰ ਵਾਪਸ ਆ ਗਏ, ਆ ਕੇ ਕਹਿਣ ਲੱਗੇ ਬਿਲਾਲ ਉਹ ਮੈਂ ਆਖਿਆ, ਦਿਲ ਵਿੱਚ ਨਾ ਲੈ ਲਿਆ ਕਰ, ਤੂੰ ਉੱਚੀ ਨਾ ਲੈਣ, ਇਹ ਤੈਨੂੰ ਕੋੜੇ ਮਾਰਦੇ ਨੇ। ਹਜ਼ਰਤ ਬਿਲਾਲ ਰੋ ਕੇ ਕਹਿੰਦੇ ਨੇ ਯਾਰ ਸਦੀਕ ਮੈਨੂੰ ਰੱਬ ਦੀ ਕਸਮ ਏ, ਜਦੋਂ ਇਹ ਮੈਨੂੰ ਕੋੜੇ ਮਾਰਦੇ ਨੇ ਮੈਨੂੰ ਕੋੜਾ ਬਾਅਦ ਵਿੱਚ ਵੱਜਦਾ ਵੇ, ਮੁਹੰਮਦ ਅਰਬੀ ਦਾ ਦੀਦਾਰ ਪਹਿਲੇ ਹੁੰਦਾ। ਅੱਲਾਹ ਮੈਨੂੰ ਕੋੜੇ ਬਾਅਦ ਵਿੱਚ ਵੱਜਦੇ ਨੇ, ਮੁਹੰਮਦ ਅਰਬੀ ਦਾ ਦੀਦਾਰ। ਸੁਲਤਾਨੇ ਬਾਹੂ ਫਰਮਾਉਂਦੇ ਨੇ ਆਸ਼ਿਕ ਹੋਵੇ, ਆਸ਼ਿਕ ਹੋਵੇ ਤੇ ਇਸ਼ਕ ਕਮਾਵੇ, ਤੇ ਦਿਲ ਰੱਖੀ ਵਾਂਗ ਪਹਾੜਾ ਸੈ ਸੈ ਬਦੀਆਂ
ਹਜ਼ਾਰ ਉਲਾਮੇ ਤੇ ਜਾਣੀ ਬਾਗ ਬਹਾਰਾਂ ਸੁਲੀ ਦੇ ਜਿਹੜਾ ਵਾਕਫ ਕੁੱਲ ਇਸਰਾਰਾ ਸਰ ਸਜਦਿਓ ਨਾ ਇਹ ਚੁੱਕੀਏ ਮੇਰਾ ਕਾਮਿਲ ਬਾਹੂ ਭਾਵੇਂ ਕਾਫਿਰ ਕਹਿਣ ਹਜ਼ਾਰਾਂ ਸਜਦਿਓ ਨਾ ਚੁੱਕੀਏ ਮੇਰਾ ਕਾਮਿਲ ਬਾਹੂ ਭਾਵੇਂ ਕਾਫਿਰ ਕਹਿਣ ਬੋਲੋ ਹਜ਼ਾਰਾਂ ਕੌਣ ਬਿਲਾਲ ਉਹ ਬਿਲਾਲ ਜਿਹੜਾ ਨਬੀ ਪਾਕ ਸੱਲ ਸੱਲਮ ਦੇ ਮਸਜਿਦ ਨਬਵੀ ਸ਼ਰੀਫ ਦੇ ਅੰਦਰ ਜਿੰਨੀ ਦੇਰ ਅਜ਼ਾਨ ਨਹੀਂ ਸੀ ਨਾ ਦਿੰਦਾ ਓਨੀ ਦੇਰ ਸਰਕਾਰ ਨੂੰ ਸਕੂਨ ਨਹੀਂ ਸੀ ਆਉਂਦਾ ਮੇਰੀ ਸਰਕਾਰ ਫਰਮਾਉਂਦੇ ਹੁਣ ਬਿਲਾਲ ਕਿੱਥੇ ਗਿਆ ਹਾਏ ਹਾਏ ਇੱਕ ਦਿਨ ਹਜ਼ਰਤ ਬਿਲਾਲ ਨੇ ਫਜਰ ਦੀ ਅਜ਼ਾਨ ਪੜ੍ਹੀ ਤੇ ਮਸਜਿਦ ਚੋਂ ਨਿਕਲ ਗਏ ਜਮਾਤ ਦਾ ਟਾਈਮ ਹੋ ਗਿਆ ਸਰਕਾਰ ਆ ਗਏ ਜਮਾਤ ਦਾ ਵਕਤ ਹੋ ਗਿਆ ਮੇਰੀ ਸਰਕਾਰ ਫਰਮਾਉਂਦੇ ਬਿਲਾਲ ਨੇ ਅਜ਼ਾਨ ਪੜ੍ਹੀ ਹੈ ਤੇ ਬਿਲਾਲ ਕਿੱਥੇ ਗਿਆ ਸਿਆਬਾ ਕਹਿੰਦੇ ਨੂੰ ਸੁਣਿਆ ਪਤਾ ਨਹੀਂ ਇੱਕ ਸਿਆਬੀ ਬੋਲ ਕੇ ਕਹਿਣ ਲੱਗਾ ਸੁਣਿਆ ਸ਼ਰੀਅਤ ਦਾ ਮਸਲਾ ਤੇ ਆ ਹੀ ਹੈ ਨਾ ਕਿ ਅਜ਼ਾਨ ਪੜ੍ਹੇ ਜਿਹੜਾ ਉਹ ਬਾਹਰ ਨਾ ਜਾਵੇ ਤੇ ਹਜ਼ੂਰ ਫਿਰ ਬਿਲਾਲ ਤੇ ਚਲੋ ਚਲੇ ਗਏ ਨੇ ਤੇ ਜਮਾਤ ਖੜੀ ਕਰਦੀ ਆਕਾ ਫਰਮਾਨ ਨਾ ਬਿਲਾਲ ਆਏਗਾ ਤੇ ਕਾਮਤ ਪੜੇਗਾ ਥੋੜੀ ਦੇਰ ਗੁਜ਼ਰੀ ਤੇ ਹਜ਼ਰਤ ਬਿਲਾਲ ਆਏ ਮੇਰੀ ਸਰਕਾਰ ਨੇ ਨੀ ਪੁੱਛਿਆ ਆਉਂਦਿਆਂ ਕਿ ਬਿਲਾਲ ਤੂੰ ਕਿੱਥੇ ਗਿਆ ਸੈਂ ਜਾਂ ਕਿਵੇਂ ਗਿਆ ਸੈਂ ਸਰਕਾਰ ਨੇ ਆਖਿਆ ਬਿਲਾਲ ਕਾਮਤ ਪੜੋ ਕਾਮਤ ਪੜੀ ਨਮਾਜ਼ ਹੋਈ ਬਾਅਦ ਚ ਕੁਝ ਸਿਆਬੀਆਂ ਨੇ ਨਾ ਫੜ ਕੇ ਨਾ ਤੇ ਨੁੱਕਰ ਚ ਲੈ ਗਏ ਸਦੀਕੀ ਅਕਬਰ ਵੀ ਕਹਿਣ ਲੱਗੇ ਦੱਸ ਬਿਲਾਲ ਕਿੱਥੇ ਗਿਆ ਸੀ ਆਕਾ ਤੇਰਾ ਦੀਦਾਰ ਕਰਦੇ ਪਏ ਸਨ ਤੇਰਾ ਇੰਤਜ਼ਾਰ ਕਰ ਰਹੇ ਸਨ ਹਜ਼ਰਤ ਬਿਲਾਲ ਦੀਆਂ ਅੱਖਾਂ 'ਚ ਉੱਥਰੂ ਆ ਗਏ ਤੇ ਰੋ ਕੇ ਕਹਿਣ ਲੱਗੇ ਮੈਂ ਸੈਯਦ ਜ਼ਾਰਾ ਪਾਕ ਦੇ ਘਰ ਗਿਆ ਸਾਂ ਤੇ ਹਸਨ ਹੁਸੈਨ ਦੇ ਰੋਣ ਦੀ ਆਵਾਜ਼ ਆ ਰਹੀ ਸੀ ਤੇ ਸੈਯਦ ਜ਼ਾਰਾ ਪਾਕ ਚੱਕੀ ਪਈਆਂ ਚਲਾਉਂਦੀਆਂ ਸਨ ਤੇ ਮੈਂ ਆਖਿਆ ਕਿ ਤੁਸੀਂ ਹਸਨ ਹੁਸੈਨ ਨੂੰ ਚੁੱਪ ਕਰਾਓ ਚੱਕੀ ਮੈਂ ਚਲਾਉਣਾ ਹੈ ਉਹ ਬਿਲਾਲ ਏ ਜਿਹੜਾ ਸੈਯਦ ਜ਼ਾਰਾ ਪਾਕ ਦੇ ਦਰ ਦਾ ਗੁਲਾਮ ਹੈ ਫਿਰ ਇੱਕ ਉਹ ਵਕਤ ਆਇਆ ਜਦੋਂ ਮੇਰੀ ਸਰਕਾਰ ਮਿਹਰਾਜ ਤੇ ਗਏ ਤੇ ਮੇਰੇ ਆਕਾ ਨੇ ਆਪਣੇ ਅੱਗੇ ਅੱਗੇ ਕਿਸੇ ਚੱਲਣ ਦੇ ਕਦਮਾਂ ਦੀ ਆਵਾਜ਼ ਸੁਣੀ ਤੇ ਮੇਰੇ ਆਕਾ ਫਰਮਾਇਆ ਜਬਰੀਲ ਮੇਰੇ ਅੱਗੇ ਅੱਗੇ ਚੱਲਣ ਦੇ ਕਦਮਾਂ ਦੀ ਆਵਾਜ਼ ਕਿਹਦੀ ਹੈ ਤੇ ਜਬਰੀਲ ਕਹਿਣ ਲੱਗੇ ਸੋਹਣਿਆ ਪਤਾ ਤੇ ਤੁਹਾਨੂੰ ਸਾਰਾ ਹੈ ਪਰ ਮੈਂ ਦੱਸ ਦੇਣਾ ਸੋਹਣਿਆ ਗੁਲਾਮ ਜੋ ਹੋਇਆ ਸੁਣਿਆ ਤੁਹਾਡਾ ਬਿਲਾਲ ਜ਼ਮੀਨ ਤੇ ਪਿਆ ਚੱਲਦਾ ਤੇ ਆਵਾਜ਼ ਜੰਨਤ ਚ ਵਜਾਉਂਦੀ ਹੈ ਹਜ਼ਰਤ ਨੇ ਮਕਾਨ ਮੇਰੇ ਆਕਾ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਦੀਵਾਨਿਓ ਹਜ਼ਰਤ ਮੇਰੇ ਆਕਾ ਨੇ ਜੰਨਤ ਦੀ ਸੈਰ ਕੀਤੀ ਮੇਰੇ ਆਕਾ ਨੂੰ ਹੂਰਾਂ ਮਿਲਣ ਵਾਸਤੇ ਆਈਆਂ ਜੁਮਲਾ ਸੁਣ ਕੇ ਤੜਪ ਜਾਓਗੇ ਹਜ਼ਰਤ ਸਾਰੀਆਂ ਹੂਰਾਂ ਮਿਲਣ ਵਾਸਤੇ ਆਈਆਂ ਹੂਰਾਂ ਨੇ ਅਸਲਾਤੁ ਵਸਲਾਮ ਅਲੈਕ ਯਾ ਰਸੂਲ ਅੱਲਾ ਨਬੀ ਦੀ ਬਾਰਗਾਹ 'ਚ ਦਰੂਦ ਤੋਂ ਸਲਾਮ ਪੜਿਆ ਸੋਹਣਿਆ ਤੇਰੇ ਤੇ ਸਲਾਮ ਹੋਵੇ ਸੋਹਣਿਆ ਤੇਰੇ ਤੇ ਦਰੂਦ ਹੋਵੇ ਮੇਰੇ ਆਕਾ ਫਰਮਾਇਆ ਕਿਵੇਂ ਆਈਆਂ ਸੋਹਣਿਆ ਸਾਡੇ ਵਾਸਤੇ ਕੀ ਹੁਕਮ ਹੈ ਮੇਰੇ ਆਕਾ ਨੇ ਫਰਮਾਇਆ ਨੀ ਹੂਰੇ
ਤੂੰ ਮੇਰੇ ਅਬੂ ਬਕਰ ਵਾਸਤੇ ਵੇ ਨੀ ਸੁਣ ਲੈ, ਤੂੰ ਮੇਰੇ ਉਮਰ ਵਾਸਤੇ ਵੇ, ਤੂੰ ਮੇਰੇ ਉਸਮਾਨ ਵਾਸਤੇ ਵੇ, ਤੂੰ ਮੇਰੇ ਅਲੀ ਵਾਸਤੇ ਵੇ, ਤੂੰ ਅਬਦਰਮਾਨ ਵਾਸਤੇ ਵੇ, ਤੂੰ ਤਲਹਾ ਵਾਸਤੇ ਵੇ, ਤੂੰ ਐਵੇਂ ਵਾਸਤੇ ਵੇ, ਤੂੰ ਉਹਦੇ ਵਾਸਤੇ ਵੇ। ਜੰਨਤ ਦੀ ਹੋਰਾਂ ਦੀ ਸਰਦਾਰ ਵੀ ਖਲੋਤੀ ਹੈ, ਹੱਥ ਬੰਨ ਕੇ ਕਹਿੰਦੀ ਹੈ ਸੋਹਣਿਆ ਕਿਸੇ ਨੂੰ ਅਬੂ ਬੱਕਰ ਦੇ ਦਿੱਤਾ ਜੇ, ਕਿਸੇ ਨੂੰ ਉਮਰ ਦੇ ਦਿੱਤਾ ਜੇ, ਕਿਸੇ ਨੂੰ ਸਮਾਨ ਦੇ ਦਿੱਤਾ ਜੇ, ਕਿਸੇ ਨੂੰ ਅਲੀ ਦੇ ਦਿੱਤਾ ਜੇ। ਆਕਾ ਮੈਂ ਜੰਨਤ ਦੀ ਹੋਰਾਂ ਦੀ ਸਰਦਾਰ ਹਾਂ, ਮੇਰੇ ਵਾਸਤੇ ਕੀ ਹੁਕਮੇ? ਮੇਰੀ ਸਰਕਾਰ ਫਰਮਾਉਂਦੇ ਹੂਰੇ ਜਾ ਤੈਨੂੰ ਮੈਂ ਆਪਣਾ ਬਿਲਾਲ ਦਿੱਤਾ, ਜਾ ਤੈਨੂੰ ਮੈਂ ਆਪਣਾ ਬਿਲਾਲ ਦਿੱਤਾ। ਜਿੰਨਾਂ ਦੀ ਹੋਰਾਂ ਦੀ ਸਰਦਾਰ ਕਹਿਣ ਲੱਗੀ ਸੋਹਣਿਆ ਕਿੱਥੇ ਕਾਲੇ ਰੰਗ ਦਾ ਗੁਲਾਮ, ਕਿੱਥੇ? ਮੈਂ ਜਿੰਨਾਂ ਦੀ ਹੋਰਾਂ ਦੀ ਸਰਦਾਰ ਸੋਹਣਿਆ ਕੀ ਪੇ ਕਰਦੇ ਹੋ? ਮੈਂ ਸੋਹਣਿਆ ਬਿਲਾਲ ਕਾਲਾ ਵੇ, ਸੋਹਣਿਆ ਮੈਂ ਹੋਰਾਂ ਦੀ ਸਰਦਾਰ ਹਾਂ, ਉਹ ਕਾਲੇ ਰੰਗ ਦਾ ਗੁਲਾਮ ਹੈ। ਮੇਰੇ ਆਕਾ ਫਰਮਾਇਆ ਚੁੱਪ ਕਰ ਜਾ, ਹਲੇ ਤੇ ਮੈਂ ਆਪਣੇ ਕੋਲੋਂ ਪਿਆ ਕਹਿਣਾ ਵਾ, ਪਤਾ ਨਹੀਂ ਮੇਰੇ ਗੁਲਾਮ ਨੇ ਮੰਨਣਾ ਕਿ ਨਹੀਂ ਮੰਨਣਾ, ਪਤਾ ਨਹੀਂ ਮੇਰੇ ਯਾਰ ਨੇ ਮੰਨਣਾ ਕਿ ਨਹੀਂ ਮੰਨਣਾ। ਹਜ਼ਰਾਤ ਮੇਰੇ ਆਕਾ ਸੈਰ ਕੀਤੀ, ਮੇਰੇ ਆਕਾ ਵਾਪਸ ਆ ਗਏ, ਇੱਕ ਦਿਨ ਸਿਆਬਾ ਬੈਠੇ ਹੋਏ ਨੇ। ਮੇਰੇ ਆਕਾ ਫਰਮਾਉਂਦੇ ਬਿਲਾਲ ਜੰਨਤ ਦੀ ਹੂਰਾਂ ਦੀ ਸਰਦਾਰ ਚਾਹੀਦੀ ਆ। ਬਿਲਾਲ ਰੋਣ ਲੱਗ ਪਏ, ਨਬੀ ਦੇ ਕਦਮਾਂ 'ਚ ਡਿੱਗੇ, ਅਰਜ ਕੀਤੀ ਸੋਹਣਿਆ ਮੈਨੂੰ ਤੱਤੀਆਂ ਰੇਤਾਂ 'ਤੇ ਲਟਾਇਆ ਗਿਆ, ਹੂਰਾਂ ਵਾਸਤੇ ਨਹੀਂ ਸੋਹਣਿਆ ਤੇਰੇ ਵਾਸਤੇ। ਸੋਹਣਿਆ ਮੇਰੇ ਸੀਨੇ 'ਤੇ ਪੱਥਰ ਰੱਖੇ ਗਏ, ਹੂਰਾਂ ਵਾਸਤੇ ਨਹੀਂ ਤੇਰੇ ਵਾਸਤੇ। ਸੋਹਣਿਆ ਮੇਰੇ ਸੀਨੇ 'ਚ ਲੋਹਾ ਗਰਮ ਕੀਤਾ ਗਿਆ, ਸੋਹਣਿਆ ਹੂਰਾਂ ਵਾਸਤੇ ਨਹੀਂ ਤੇਰੇ ਵਾਸਤੇ। ਸੋਹਣਿਆ ਮੈਨੂੰ ਮੱਕੇ ਦੀਆਂ ਗਲੀਆਂ 'ਚ ਰੱਸੀਆਂ ਬੰਨ ਗਏ, ਮੱਕੇ ਦੀਆਂ ਗਲੀਆਂ 'ਚ ਜ਼ਲੀਲ ਕੀਤਾ ਗਿਆ, ਸੋਹਣਿਆ ਹੂਰਾਂ ਵਾਸਤੇ ਨਹੀਂ ਤੇਰੇ ਵਾਸਤੇ। ਸੋਹਣਿਆ ਸੁਣ ਲਓ, ਮੈਨੂੰ ਹੂਰਾਂ ਨਹੀਂ ਚਾਹੀਦੀਆਂ, ਹੂਰਾਂ ਦੀ ਸਰਦਾਰ ਨਹੀਂ ਚਾਹੀਦੀ, ਆਕਾ ਮੈਨੂੰ ਤੁਸੀਂ ਚਾਹੀਦੇ ਹੋ। ਮੇਰੀ ਸਰਕਾਰ ਰੋਣਾ ਸ਼ੁਰੂ ਹੋ ਗਏ, ਜੁਮਲਾ ਸੁਣ ਕੇ ਤੜਪ ਜਾਓਗੇ। ਮੇਰੇ ਆਕਾ ਨੇ ਬਿਲਾਲ ਨੂੰ ਸੀਨੇ ਲਾਇਆ, ਮੇਰੇ ਆਕਾ ਫਰਮਾਉਂਦੇ ਬਿਲਾਲ ਸੁਣ ਲੈ, ਕੱਲ ਜੰਨਤ ਦੇ ਵਿੱਚ ਸਭ ਤੋਂ ਪਹਿਲੇ ਤੂੰ ਜਾਵੇਂਗਾ। ਬਿਲਾਲ ਫੇਰ ਰੋਣ ਲੱਗ ਪਏ, ਸੋਹਣਿਆ ਨਾਨਾ ਅਬੂ ਬੱਕਰ ਦੀ ਬੜੀ ਸ਼ਾਨ ਏ, ਅਬੂ ਬੱਕਰ ਤੇ ਹੋਵੇ ਜਿਹਦੇ ਬਾਰੇ ਅੱਲਾ ਫਰਮਾਉਂਦਾ ਅਬੂ ਬੱਕਰ ਦਾ ਬਦਲਾ ਮੈਂ ਖੁਦ ਦੇਵਾਂਗਾ। ਆਕਾ ਅਬੂ ਬੱਕਰ ਨਾਲ ਵੀ ਪਹਿਲੇ ਹਜ਼ੂਰ ਫਰਮਾਇਆ, ਹਾਂ ਹਾਂ ਅਬੂ ਬੱਕਰ ਨਾਲ ਵੀ ਪਹਿਲੇ। ਸੋਹਣਿਆ ਉਮਰ ਦੀ ਬੜੀ ਸ਼ਾਨ ਏ, ਉਮਰ ਨਾਲ ਵੀ ਪਹਿਲੇ। ਆਕਾ ਫਰਮਾਇਆ ਹਾਂ ਹਾਂ ਸੋਹਣਿਆ ਉਸਮਾਨ ਦੀ ਬੜੀ ਸ਼ਾਨ ਏ, ਆਕਾ ਉਸਮਾਨ ਨਾਲ ਵੀ ਪਹਿਲੇ। ਮੇਰੀ ਸਰਕਾਰ ਫਰਮਾਇਆ ਹਾਂ ਹਾਂ ਸੋਹਣਿਆ ਅਲੀ ਦੀ ਬੜੀ ਸ਼ਾਨ ਏ, ਅਬਦਰਮਾਨ ਨਾਲੋਂ ਪਹਿਲੇ, ਤਲਹਾ ਨਾਲੋਂ ਪਹਿਲੇ, ਜ਼ੁਬੈਰ ਨਾਲੋਂ ਪਹਿਲੇ। ਆਕਾ ਫਰਮਾਉਂਦੇ ਹਾਂ ਹਾਂ ਬਿਲਾਲ ਸਭ ਤੋਂ ਪਹਿਲੇ ਜਾਵੇਗਾ। ਹੱਥ ਬਣ ਕੇ ਅਰਜ਼ ਕੀਤੀ ਆਕਾ ਤੁਹਾਡੇ ਨਾਲ ਵੀ ਪਹਿਲੇ ਜਾਵਾਂਗਾ।
ਆਕਾ ਫਰਮਾਇਆ ਹਾਂ ਬਿਲਾਲ ਮੇਰੇ ਨਾਲ ਵੀ ਪਹਿਲੇ ਜਾਵੇਗਾ। ਸੋਹਣਿਆ ਨਾ ਨਾ ਕਿਵੇਂ ਹੋ ਸਕਦਾ, ਜੁਮਲਾ ਸੁਣ ਕੇ ਤੜਪ ਜਾਓਗੇ, ਇੱਥੇ ਤੁਹਾਡੀ ਸੁਭਾਨ ਅੱਲਾ ਦਾ ਪਤਾ ਲੱਗ ਜਾਣਾ। ਮੇਰੇ ਆਕਾ ਫਰਮਾਉਂਦੇ ਨੇ ਬਿਲਾਲ ਸੁਣ ਲੈ, ਚੜੀ ਸਵਾਰੀ ਤੇ ਮੈਂ ਸਵਾਰ ਹੋਵਾਂਗਾ, ਉਹਦੀਆਂ ਲਗਾਮਾਂ ਤੇਰੇ ਹੱਥ ਵਿੱਚ ਹੋਣਗੀਆਂ, ਤੂੰ ਅੱਗੇ ਅੱਗੇ ਜਾਵੇਂਗਾ, ਮੈਂ ਪਿੱਛੇ ਪਿੱਛੇ ਆਵਾਂਗਾ। ਤੂੰ ਅੱਗੇ ਅੱਗੇ ਹੋਵੇਂਗਾ, ਮੈਂ ਸਵਾਰੀ ਤੇ ਪਿੱਛੇ ਪਿੱਛੇ ਹੋਵਾਂਗਾ। ਬਿਲਾਲ ਤੂੰ ਪਹਿਲੇ ਜੰਨਤ 'ਚ ਜਾਵੇਂਗਾ। ਤੋ ਜੋ ਹੈ ਆਖਰੀ ਇੱਕ ਮਿੰਟ ਤੇ ਬਾਤ ਵੀ ਆਖਰੀ ਤੇ ਬਾਤ ਖਤਮ। ਸਰਕਾਰ ਇੱਕ ਜੰਗ ਤੋਂ ਵਾਪਸ ਆਏ ਤੇ ਇੱਕ ਮਕਾਮ ਹੈ ਮਕਾਮੇ ਜਰਾਨਾ, ਜਿੱਥੇ ਹਾਜੀ ਵੱਡਾ ਉਮਰਾ ਕਰਦੇ ਨੇ। ਉਹ ਏਡੀ ਬਬਰਕਤ ਜਗ੍ਹਾ ਹੈ ਕਿ ਸ਼ਾਖੇ ਅਕ ਮੁਹੱਦ ਸਿੱਧੇਲ ਵੀ ਰਹਿਮਤੁੱਲਾਹੀ ਤਾਲਾ ਲੈ ਇੱਕ ਰਾਤ ਉੱਥੇ ਸੁੱਤੇ ਤੇ 72 ਵਾਰੀ ਸਰਕਾਰ ਦਾ ਦੀਦਾਰ ਹੋਇਆ। ਏਡੀ ਬਰਕਤ ਵਾਲੀ ਜਗ੍ਹਾ। ਉੱਥੇ ਕਾਫਲਾ ਰੁਕਿਆ ਤੇ ਨਮਾਜ਼ ਦਾ ਟਾਈਮ ਹੋਇਆ। ਮੇਰੇ ਆਕਾ ਫਰਮਾ ਬਿਲਾਲ ਕਿੱਥੇ ਵੇ? ਬਿਲਾਲ ਨੂੰ ਕੋ ਅਜ਼ਾਨ ਪੜੇ। ਬਿਲਾਲ ਆਏ, ਕੰਨਾਂ ਵਿੱਚ ਉਂਗਲੀਆਂ ਦਿੱਤੀਆਂ ਤੇ ਅਜ਼ਾਨ ਸ਼ੁਰੂ ਕੀਤੀ। ਅੱਲਾਹੂ ਅਕਬਰ, ਅੱਲਾਹੂ ਅਕਬਰ ਸ਼ੁਰੂ ਕੀਤੀ ਅਜ਼ਾਨ। ਅੱਛਾ ਕੀ ਵੇਲਾ ਹੋਵੇਗਾ ਸੱਜਣੋ ਜਦੋਂ ਬਿਲਾਲ ਅਜ਼ਾਨ ਪੜਦੇ ਹੋਣਗੇ? ਉਹ ਮੰਦਰ ਵੀ ਕੀ ਮੰਦਰ ਹੋਵੇਗਾ ਇੱਥੇ ਜਿਹੜਾ ਅਜ਼ਾਨ ਪੜੇ ਨਾ ਮਸਜਿਦ ਵਿੱਚ ਨਮਾਜ਼ ਟਾਈਮ ਤੇ? ਆਵਾਜ਼ ਸੋਹਣੀ ਹੈ ਤੇ ਅਸੀਂ ਕਹਿੰਦੇ ਯਾਰ ਕਿੱਡੀ ਸੋਹਣੀ ਆਵਾਜ਼ ਹੈ, ਹੈਂ ਕਿੱਡੀ ਸੋਹਣੀ ਆਵਾਜ਼ ਹੈ। ਤੇ ਜਦੋਂ ਆਸ਼ਕ ਅਜ਼ਾਨ ਪੜਦਾ ਹੋਵੇ ਤੇ ਦਿਲੋਂ ਪੜਦਾ ਹੋਵੇ ਤੇ ਮਹਿਬੂਬ ਨੂੰ ਸਾਹਮਣੇ ਰੱਖ ਕੇ ਪੜਦਾ ਹੋਵੇ। ਹਜ਼ਰਤ ਬਿਲਾਲ ਨੇ ਅਜ਼ਾਨ ਪੜੀ, ਉੱਥੇ 4-5 ਬੱਚੇ ਪੇ ਖੇਡਦੇ ਸਨ ਕਾਫਰਾਂ ਦੇ। ਉਹ ਬੱਚਿਆਂ ਨੇ ਜਦੋਂ ਅਜ਼ਾਨ ਸੁਣੀ ਨਾ ਤੇ ਹਜ਼ਰਤ ਬਿਲਾਲ ਦੀ ਜ਼ੁਬਾਨ ਸੀ ਤੋਤਲੀ, ਤੇ ਜਦੋਂ ਅਜ਼ਾਨ ਸੁਣੀ ਨਾ ਤੇ ਬੱਚੇ ਹੱਸ ਪਏ ਤੇ ਹੱਸ ਕੇ ਨਾ ਹਜ਼ਰਤ ਬਿਲਾਲ ਦੀਆਂ ਨਕਲਾਂ ਲਾਉਣ ਲੱਗ ਪਏ। ਮੈਂ ਤੁਹਾਨੂੰ ਦੱਸਣ ਲੱਗਾ ਜੇ ਜਿਹੜਾ ਮਹਿਬੂਬ ਦਾ ਹੋ ਜਾਵੇ ਹੱਸ ਪਏ ਤੇ ਨਕਲਾਂ ਲਾਉਣ ਲੱਗੇ, ਸਰਕਾਰ ਦੇ ਮੁਬਾਰਕ ਕੰਨਾਂ 'ਚ ਆਵਾਜ਼ ਪੈ ਗਈ ਨਕਲ ਦੀ। ਮੇਰੀ ਸਰਕਾਰ ਫਰਮਾ ਅਲੀ ਜੀ ਸੋਹਣਿਆ, ਇਹਨਾਂ ਬੱਚਿਆਂ ਨੂੰ ਲਿਆਉਣਾ ਜ਼ਰਾ ਮੇਰੇ ਕੋਲ, ਆਹ ਜਿਹੜੇ ਮੇਰੇ ਬਿਲਾਲ ਦੀਆਂ ਨਕਲਾਂ ਪਿਲਾਉਂਦੇ ਨੇ ਇਹਨਾਂ ਨੂੰ ਜ਼ਰਾ ਮੇਰੇ ਕੋਲ ਲਿਆਏ ਨਾ। ਹਜ਼ਰਤ ਅਲੀ ਪਾਕ ਉੱਠੇ, ਉਹਨਾਂ ਬੱਚਿਆਂ ਨੂੰ ਫੜ ਕੇ ਲਿਆਂਦਾ। ਮੇਰੇ ਆਕਾ ਫਰਮਾਇਆ ਕੌਣ ਆ ਤੁਹਾਡੇ ਵਿੱਚੋਂ ਜਿਹੜਾ ਮੇਰੇ ਬਿਲਾਲ ਦੀਆਂ ਨਕਲਾਂ ਲਾਉਂਦਾ ਸੀ? ਬੱਚੇ ਡਰ ਗਏ ਕਿ ਜੇ ਅਸੀਂ ਬੋਲੇ ਤਾਂ ਮਾਰ ਪੈਣੀ ਹੈ। ਹੁਣ ਬੱਚੇ ਬੋਲਣ, ਹਜ਼ੂਰ ਫਰਮਾਉਂਦੇ ਬੋਲੋ, ਬੱਚੇ ਨਾ ਬੋਲਣ। ਮੇਰੇ ਆਕਾ ਫਰਮਾਇਆ ਕੋਈ ਗੱਲ ਨਹੀਂ, ਨਾ ਬੋਲੋ ਮੈਂ ਬੁਲਾ ਲੈਣਾ। ਹਜ਼ੂਰ ਫਰਮਾਉਂਦੇ ਚੱਲ ਬਈ ਤੂੰ ਪੜ੍ਹ। ਹਾਂ ਜਿਵੇਂ ਬਿਲਾਲ ਅਜ਼ਾਨ ਪੜ੍ਹਦਾ ਸੀ ਉਂਝ ਪੜ੍ਹ। ਉਹ ਡਰਦਾ ਡਰਦਾ ਪੜ੍ਹਨ ਲੱਗਾ। ਮੇਰੇ ਆਕਾ ਫਰਮਾਇਆ ਨਹੀਂ ਤੂੰ ਨਹੀਂ, ਤੂੰ ਪੜ੍ਹ ਬਈ, ਤੂੰ ਨਹੀਂ, ਤੂੰ ਪੜ੍ਹ ਬਈ। ਚੌਥੇ ਨੰਬਰ 'ਤੇ ਨਾ ਹਜ਼ਰਤ ਮਜ਼ੂਰਾ ਰਜ਼ੀ ਅੱਲਾਹ ਤਾਲਾ ਨੂੰ ਹਲੇ ਕਲਮਾ ਨਹੀਂ ਪੜ੍ਹਿਆ, ਜਵਾਨੀ ਦੀ ਉਮਰ 'ਤੇ ਖਲੋਤੇ ਸਨ। ਮੇਰੇ ਆਕਾ ਫਰਮਾਇਆ ਤੂੰ ਪੜ੍ਹਨਾ, ਪੜ੍ਹੀ ਨਾ ਜਦੋਂ ਅਤੇ ਜਿੰਝ ਬਿਲਾਲ ਪੜ੍ਹੀ ਸੀ ਨਾ ਉਂਝ ਹੀ ਅਜ਼ਾਨ। ਆਕਾ ਫਰਮਾਉਂਦੇ ਤੂੰ ਹੀ ਹੈ ਨਾ, ਤੂੰ ਹੀ ਹੈ ਨਾ ਜਿਹੜਾ ਮੇਰੇ ਯਾਰ ਦੀਆਂ ਨਕਲਾਂ ਲਾਹਨਾ ਪਿਆ ਸਾਂ। ਹੱਥ ਜੋੜੇ ਸੋਹਣਿਆ ਮਾਫ਼ੀ, ਗਲਤੀ ਹੋ ਗਈ। ਮੇਰੇ ਆਕਾ ਫਰਮਾ ਫਿਰ ਸੁਣਾ, ਫਿਰ ਅਜ਼ਾਨ ਪੜ੍ਹੀ। ਹਜ਼ੂਰ ਮੁਸਕਰਾ ਪਏ। ਸਰਕਾਰ ਫਰਮਾਉਂਦੇ ਫਿਰ ਸੁਣਾ, ਫਿਰ ਸਰਕਾਰ ਮੁਸਕਰਾਈ ਜਾਣ ਤੇ ਉਹਨੂੰ ਵਾਰ ਵਾਰ ਆਖਣ ਅਜ਼ਾਨ ਪੜ੍ਹ। ਜਦੋਂ 4-5 ਵਾਰੀ ਅਜ਼ਾਨ ਹੋ ਗਈ ਨਾ ਸਰਕਾਰ ਨੇ ਨਾ ਸਰਕਾਰ ਸਲਮ ਦੀ ਅੱਖਾਂ 'ਚ ਅੱਥਰੂ ਆ ਗਏ ਤੇ ਹਜ਼ੂਰ ਨੇ ਨਾ ਮੁਸਕਰਾਉਂਦਿਆਂ ਹੱਥ ਚੁੱਕ ਲਏ ਤੇ ਦੁਆ ਕੀਤੀ ਅੱਲਾ
ਇਹ ਜਿਹੜਾ ਮੇਰੇ ਬਿਲਾਲ ਦੀਆਂ ਨਕਲਾਂ ਲਾਂਦਾ ਨਾ, ਇਹਨੂੰ ਵੀ ਇਸਲਾਮ ਦੀ ਹਦਾਇਤ ਦੇ ਦੇ ਅਤੇ ਇਹ ਵੀ ਕਲਮਾ ਪੜ੍ਹ ਲੇ। ਰੱਬੇ ਕਾਬਾ ਦੀ ਕਸਮ ਹੈ, ਕੋਈ ਸੈਯਦ ਦੁਆ ਮੰਗੇ ਤਾਂ ਰੱਦ ਨਹੀਂ ਹੁੰਦੀ, ਕੋਈ ਪੀਰ ਮੰਗੇ ਤਾਂ ਰੱਦ ਨਹੀਂ ਹੁੰਦੀ, ਕੋਈ ਆਲਮੇ ਦੀਨ ਮੰਗੇ ਤਾਂ ਰੱਦ ਨਹੀਂ ਹੁੰਦੀ। ਅਤੇ ਜਿਹੜਾ ਹੋਵੇ ਰੱਬ ਦਾ ਯਾਰ ਅਤੇ ਮਹਿਬੂਬ ਅਤੇ ਨਬੀਆਂ ਦਾ ਸੁਲਤਾਨ, ਇੰਝ ਕਰਕੇ ਜਦੋਂ ਦੁਆ ਮੰਗੀ ਅੱਲਾ ਦੀ ਇੱਜ਼ਤ ਦੀ ਕਸਮ ਹੈ, ਚਿਹਰੇ 'ਤੇ ਹੱਥ ਨਹੀਂ ਫਿੜੇ ਅਤੇ ਮਜ਼ਦੂਰਾਂ ਨੇ ਕਲਮਾ ਪੜ੍ਹਨਾ ਸ਼ੁਰੂ ਕਰ ਦਿੱਤਾ, ਕਲਮਾ ਪੜ੍ਹਨਾ ਸ਼ੁਰੂ ਕਰ ਦਿੱਤਾ। ਨਾਲ ਦਾ ਕੋਣੀ ਮਾਰ ਕੇ ਕਹਿੰਦਾ, ਓਏ ਮਾਂ ਪਿਓ ਦਾ ਦੀਨ ਛੱਡ ਦਿੱਤਾ ਜੀ, ਉਹ ਸਾਰਾ ਕੁਝ ਛੱਡ ਦਿੱਤਾ ਜੀ, ਓਏ ਫਟੋਫਟ ਹੀ ਕਲਮਾ ਪੜ੍ਹ ਲਈ, ਉਹ ਵੇਖਿਆ ਵੀ ਨਹੀਂ, ਉਹ ਤੱਕਿਆ ਵੀ ਨਹੀਂ, ਉਹ ਪਰਖਿਆ ਵੀ ਨਹੀਂ। ਫਰਮਾਇਆ ਚੁੱਪ ਕਰੋ, ਇਸ਼ਕ ਦੀਆਂ ਰਮਜ਼ਾਂ ਤੂੰ ਨਹੀਂ ਜਾਣਦਾ, ਮੈਂ ਜਾਣਦਾ ਵਾਂ। ਅਜ਼ਰਾਤ ਦੀ ਵਕਾਰ ਅੱਲਾ ਰੱਬੁਲ ਇੱਜ਼ਤ ਦੀ ਬਾਰਗਾਹ ਦੇ ਅੰਦਰ ਦੁਆਏ, ਅੱਲਾ ਸਾਨੂੰ ਸਾਰਿਆਂ ਨੂੰ ਅਮਲ ਦੀ ਤੋਫੀਕ ਅਤਾ ਫਰਮਾਏ, ਇਸ਼ਕ ਬਲਾਲ ਅਤਾ ਫਰਮਾਏ। ਵਮਾ ਲਈ ਨਾ